ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗਗਨਦੀਪ ਤੇ ਹਾਂਜੀ ਅਸੀਂ ਲੇਟ ਹੋ ਚੁੱਕੇ ਆ ਬਹੁਤ ਲੇਟ ਹੋ ਚੁੱਕੇ ਹੈ ਨਾ ਦਿਨੇ ਵੀ ਨਹੀਂ ਲੱਗੀ ਕਲਾਸ ਉਹ ਦਿਨੇ ਬਹੁਤ ਜ਼ਿਆਦਾ ਪ੍ਰੋਬਲਮਸ ਆ ਗਈ ਸੀ ਕੁਝ ਮੈਂ ਐਕਚੁਅਲੀ ਘਰੇ ਆਇਆ ਹੋਇਆ ਤਾਂ ਘਰੇ ਪਹਿਲਾਂ ਤਾਂ ਉਹ ਨਹੀਂ ਚੱਲਿਆ ਪਹਿਲਾਂ ਤਾਂ ਜੀ ਸਟ੍ਰੀਮ ਕੀ ਹੁੰਦੀ ਏਕ ਨਾ ਸਾਡੀ ਜਿੱਦ ਬਣਾਇਆ ਹੁੰਦਾ ਇਹ ਵੀਡੀਓ ਬਣਾਈ ਹੁੰਦੀ ਜਿੱਦੋਂ ਇੱਕ ਤਾਂ ਪਹਿਲਾਂ ਉਹ ਨਹੀਂ ਚੱਲੀ ਉਹ ਚੱਲ ਗਈ ਉਹਨੂੰ ਛੱਡੋ ਤੁਸੀਂ ਉਹ ਤੋਂ ਬਾਅਦ ਮੇਰੇ ਇੰਟਰਨੈਟ ਨੇ ਦੋ ਖਾ ਦੇਤਾ ਇੱਥੇ ਮੈਂ ਖਾਇਆ ਰਾਜੀ ਸਭ ਕੁਝ ਹੋਣਾ ਸੀ ਤੇ ਬੱਚਿਆਂ ਨੇ ਪੜ੍ਹਨਾ ਵੀ ਸੀ ਤੇ ਟੋਕੀਓ 올림픽 ਬਹੁਤ ਇੰਪੋਰਟੈਂਟ ਆ ਤੁਹਾਨੂੰ ਪਤਾ ਹੀ ਆ ਤੁਹਾਡੇ ਪੇਪਰ ਚ ਕੋਈ ਵੀ ਪੇਪਰ ਹੋਵੇ ਤੁਹਾਡਾ ਟੋਕੀਓ 올림픽 ਤੇ ਪੈਰਾ 올림픽 ਚੋਂ ਸਵਾਲ ਤੁਹਾਡੇ ਪੇਪਰ ਚ ਪੱਕਾ ਹੈ ਹੈਨਾ ਇੱਕ ਮਿੰਟ ਦੋ ਮਿੰਟ ਯਾਰ ਹਾਂਜੀ ਤਾਂ ਇੱਕ ਸਵਾਲ ਤਾਂ ਇੱਕ ਦੋ ਸਵਾਲ ਤਾਂ ਤੁਹਾਡੇ ਪੇਪਰ ਚ ਪੱਕਾ ਆਣੇ ਆਣੇ ਤੇ ਇਹ ਨਾ ਕਹੋ ਸਰ ਇੱਕ ਦੋ ਸਵਾਲ ਹਾਂਜੀ ਕਿਉਂਕਿ ਇੱਕ ਦੋ ਸਵਾਲ ਹੀ ਆਣੇ ਹੁੰਦੇ ਆ ਹਰ ਪੇਪਰ ਚ ਠੀਕ ਹੈ ਇੱਕ ਮਿੰਟ ਮੈਂ ਤੁਹਾਡੀ ਚੈਟ ਖੋਲ ਲੈਣਾ ਜੇ ਆਇਆ ਕੋਈ ਮੈਨੂੰ ਪਤਾ ਇਸ ਟਾਈਮ ਆਂਦਾ ਨਹੀਂ ਕੋਈ ਹਾਂਜੀ ਹਾਂਜੀ ਲੱਗੂ ਕਲਾਸ ਲੱਗੂ ਕਲਾਸ ਕਿਉਂ ਨਹੀਂ ਲੱਗੂ ਕਲਾਸ ਮੈਂ ਭੇਜਤੀ ਮੈਂ ਨੋਟੀਫਿਕੇਸ਼ਨ ਭੇਜਤੀ ਇੰਸਟਾਗ੍ਰਾਮ ਕਹਿ ਰਿਹਾ ਮੈਂ ਟੈਲੀਗ੍ਰਾਮ ਤੇ ਤਾਂ ਜੀ ਸ਼ੁਰੂ ਕਰਦੇ ਆ ਸਿੱਧਾ ਹੀ ਹਨਾ ਅੱਜ ਨਹੀਂ ਟਾਈਮ ਪਾਸ ਕਰਨਾ ਤਾਂ ਜੀ ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਕੀ ਹੈ ਇਹ ਓਹੋ ਕਿੱਥੇ ਆ ਮਾਈਕ ਮਾਊਸ ਜਾ ਹੈ ਹਾਂਜੀ ਤਾਂ ਜੀ ਇਹ ਰਿਹਾ ਪੈਨ हां जी ਪਹਿਲਾਂ ਤਾਂ ਦੇਖੋ 2 ਜੁਲਾਈ ਤੋਂ ਲੈ ਕੇ ਅਗਸਤ 8 ਤੱਕ 2021 ਚ ਹੋਇਆ ਆਹ ਕਹੋ ਆ ਕੀ ਗੱਲ ਹੋ ਗਈ ਸਰ ਪਹਿਲਾਂ ਲਿਖਿਆ ਹੋਇਆ ਟੋਕੀਓ 2020 ਤੇ ਹੋਇਆ 2021 ਵਿੱਚ ਹਾਂਜੀ ਕਿਉਂਕਿ ਪਿਛਲੇ ਸਾਲ ਕੀ ਹੋਇਆ ਸੀ ਕੋਵਿਡ ਹੋਇਆ ਸੀ ਹੈਨਾ ਕੋਵਿਡ 19 ਹੋਇਆ ਸੀ ਪਿਛਲੇ ਸਾਲ ਸਭ ਨੂੰ ਪਤਾ ਨਾ ਬਸ ਤੁਸ ਸੌਣ ਲੱਗੇ ਸੀ ਮਰਜ਼ੀ ਮਰਜ਼ੀ ਦੇਖੋ ਰਿਕਾਰਡ ਦੇਖ ਲਓ ਤੁਹਾਡੀ ਮਰਜ਼ੀ ਹੈ ਤਾਂ ਜੀ ਕੋਵਿਡ 19 ਹੋਇਆ ਸੀ ਤਾਂ ਕਰਕੇ ਪਿਛਲੇ ਸਾਲ ਟੋਕੀਓ ਵਿੱਚ ਹੋਣਾ ਸੀ ਇਹ ਟੋਕੀਓ ਵਿੱਚ ਹੀ ਹੋਇਆ ਇਸ ਸਾਲ ਬਟ 2021 ਤੋਂ ਹੈ ਜੁਲਾਈ 23 ਨੂੰ ਸ਼ੁਰੂ ਹੋਇਆ ਅਗਸਤ 8 ਨੂੰ एंड होया ए भी याद रखनी है जुलाई तेई तो अगस्त अठ तक चलिया की चलिया टोक्यो ओलंपिक चलिया ओलंपिक्स चलिया टोक्यो ठीक है चलो ती पहली गल रखनी है रिंग्स आर फाइव इंटरलोकिंग जो सिबल है ए, सिंबल तुम तो देखे होना ये मैं कि कहते हैं कॉन्टीनेंट पाए हुए हैं इदा नहीं होंगे कल रिंग्स होंगे तो की लिखे द रिंगस आर फाइव इंटरलोकिंग रिंग्स कलर ब्लू येलो ब्लैक ਗ੍ਰੀਨ ਐਂਡ ਰੈੱਡ ਔਨ ਅ ਵਾਈਟ ਫੀਲਡ ਰੈਫਰ ਟੂ ਐਸ ਦਾ 올림픽 ਰਿੰਗਸ ਤਾਂ ਜੀ ਹੁੰਦਾ ਕਿ ਇਹਨਾਂ ਨੇ ਕਿਹਾ ਹੈ ਵੀ ਜਿੰਨੇ ਵੀ ਇਹ ਕੰਟੀਨੈਂਟ ਨੂੰ ਇਹ ਦਰਸਾਉਂਦੇ ਨੇ ਪਹਿਲਾਂ ਤੁਹਾਡੇ ਤੁਹਾਨੂੰ ਪਤਾ ਹੋਵੇ ਕੰਟੀਨੈਂਟ ਕਿੰਨੇ ਹੁੰਦੇ ਨੇ ਸਰ ਮੈਂ ਤਾਂ ਕਲੈਸ਼ ਕਲਾਸਾਂ ਲਾਉਣ ਲੱਗਿਆ ਸੀ ਕਲੈਸ਼ ਕਲਾਸਾਂ ਮਤਲਬ ਚਲੋ ਹੁੰਦੇ ਕਿੰਨੇ ਹੁੰਦੇ ਇੱਕ ਹੁੰਦਾ ਏਸ਼ੀਆ ਹੁੰਦਾ ਇੱਕ ਕੰਟੀਨੈਂਟ ਇੱਕ ਹੁੰਦਾ ਆਸਟ੍ਰੇਲੀਆ ਹੁੰਦਾ ਇੱਕ ਹੁੰਦਾ ਨਾਰਥ ਅਮਰੀਕਾ ਇੱਕ ਹੁੰਦਾ ਸਾਊਥ ਅਮਰੀਕਾ ਇੱਕ ਹੁੰਦਾ ਅੰਟਾਰਕਟਿਕਾ ਇੱਕ ਹੁੰਦਾ ਯੂਰਪ 1 2 3 4 5 6 ਕਿਹੜਾ ਰਹਿ ਗਿਆ ਕਿਹੜਾ ਰਹਿ ਗਿਆ ਕਿਹੜਾ ਰਹਿ ਗਿਆ ਇੱਕ ਰਹਿ ਗਿਆ ਅਫਰੀਕਾ ਤਾਂ ਜੀ 6 ਕੰਟੀਨੈਂਟ ਹੁੰਦੇ ਆ ਬਟ ਇਹਦੇ ਅੰਦਰ ਕਹਿੰਦੇ ਸਰ ਪੰਜ ਰਿੰਗਸ ਹੈ ਹਾਂਜੀ ਕਿਉਂ ਕਿ ਅੰਟਾਰਕਟਿਕਾ 'ਚ ਕੋਈ ਰਹਿੰਦਾ ਕੋਈ ਨਹੀਂ ਤੇ ਇਹਨਾਂ ਨੇ ਨਾਰਥ ਅਮਰੀਕਾ 'ਚ ਸਾਊਥ ਅਮਰੀਕਾ ਨੂੰ ਇੱਕ ਲਿਆ ਆਇਆ ਆ ਦੇਖੋ ਇਹ ਨਾਰਥ ਅਮਰੀਕਾ ਐ ਸਾਊਥ ਅਮਰੀਕਾ ਤਾਂ ਕਰਕੇ ਪੰਜ ਰਿੰਗਸ ਹੈ ਪੰਜ ਕੰਟੀਨੈਂਟ ਲਈ ਏਸ਼ੀਆ ਲਈ ਆਸਟ੍ਰੇਲੀਆ ਲਈ ਅਮਰੀਕਾਸ ਲਈ ਯੂਰਪ ਲਈ ਤੇ ਅਫਰੀਕਾ ਲਈ ਇਹ ਹੋ ਗਿਆ ਸਾਡਾ ਯੂਰਪ ਹੋ ਗਿਆ ਇਹ ਹੋ ਗਿਆ ਸਾਡਾ ਏਸ਼ੀਆ ਇਹ ਹੋ ਗਿਆ ਅਫਰੀਕਾ ਇਹ ਹੋ ਗਿਆ ਆਸਟ੍ਰੇਲੀਆ ਤੇ ਇਹ ਹੋ ਗਿਆ ਅਮਰੀਕਾ ਠੀ ਚਰੰਟਿਲੋ ਅੱਜ ਐਕਚੁਅਲੀ 4 ਵਜੇ ਕੁਝ ਪ੍ਰੋਬਲਮ ਹੋ ਗਈ ਜੀ ਕਲਾਸ ਇੱਕ ਵਾਰੀ ਸ਼ੇਅਰ ਕਰ ਦਿਓ ਜੇ ਕੋਈ ਤੁਹਾਡੇ ਕੋਲ ਗਰੁੱਪ ਵਗੈਰਾ ਹੈ ਜਿਹੜਾ ਇਹ ਕਲਾਸ ਲਾਣਾ ਚਾਹੁੰਦਾ ਹੈ ਇੰਪੋਰਟੈਂਟ ਕਲਾਸ ਹੈ ਦੇਖੋ 올림픽ਸ ਦੀ ਕਲਾਸ ਹੈ ਜ਼ਰੂਰੀ ਨਹੀਂ ਵੀ ਕੋਈ ਪੇਪਰ ਦੀ ਤਿਆਰੀ ਕਰ ਰਿਹਾ ਹੋਵੇ ਇਸ ਮਤਲਬ ਤੁਹਾਡੇ ਨਾਲ ਦਾ ਕੋਈ ਵੀ ਪੇਪਰ ਦੀ ਤਿਆਰੀ ਕਰਨ ਵਾਲਾ ਇਹ ਕਲਾਸ ਜ਼ਰੂਰ ਲਾਵੇ ਠੀਕ ਹੈ ਤਾਂ ਜੀ ਦੇਖੋ ਕੀ ਅੱਗੇ ਫਿਰ ਪੰਜ ਰਿੰਗਸ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਪੰਜ ਰਿੰਗਸ ਕਿਹਨੂੰ ਸਿੰਬੋਲਾਈਫਾਈ ਕਰਦੇ ਨੇ ਕਿਹਦਾ ਸਿੰਬਲ ਨੇ ਇਹਨੇ ਪੰਜ ਆਈਲੈਂਡਸ ਦਾ ਸਿੰਬਲ ਨੇ ਸੌਰੀ ਪੰਜ ਕੰਟੀਨੈਂਟਸ ਦਾ ਸਿੰਬਲ ਹੈ ਠੀਕ the design is symbolic it represents the five continents ohi gall hoy five continents of the planet united by olympism while the six colors are people who appear on all the national flags of the world at the present time people who appear chalo theek hai na ta ji e ohi gall aagi dobare start hoya 23 july nu khatam hoya 8 august nu ida mascot da naam hai mirai towa ki ya e hai mirai towa e cartoon jahe ida naam hai mirai towa ਸਪraiਡਾ ਜੀ ਸਭ ਲਈ ਅੱਛਾ ਜੀ ਬੱਚੇ ਤਾਂ ਫੇਰ ਵੀ ਨਹੀਂ ਆ ਜੈ ਸਪraiਡ ਹੋ ਗਿਆ ਯਾਰ 12 ਬੱਚੇ ਦੇਖੇ ਜਾਂਦੇ ਨੇ ਹਾਂ ਜੀ ਤਾਂ ਅੱਗੇ ਵਾਲੇ ਸਾਨੂੰ ਯਾਦ ਰੱਖਣੇ ਪੈਣੇ ਅੱਗੇ ਕਿਹੜੇ 올림픽ਸ ਹੋਣੇ ਨੇ ਪਹਿਲਾਂ ਇਹ ਦੱਸ ਦਈਏ ਮੈਂ ਖਾਰ ਬਾਅਦ ਚ ਭੁੱਲ ਜਾਣਾ ਮੈਂ ਪੈਰਿਸ਼ ਹੋਣਾ 2024 ਵਾਲਾ ਇਹਦੇ ਲਈ ਕਿੰਨੇ ਕੁਝ 148 ਐਥਲੀਟਸ ਸਿਲੈਕਟ ਕਰਨੇ ਹਨ ਜੇ ਟੌਪ ਸਕੀਮ ਦੇ ਅੰਡਰ ਟੌਪ ਸਕੀਮ ਦਾ ਮਤਲਬ ਹੈ ਟਾਰਗੇਟ 올림픽 ਪੋਡੀਅਮ ਸਕੀਮ ਇੱਕ ਇਹਦੇ ਅੰਡਰ ਆਉਂਦੀ ਹੈ ਸਾਈ ਯਾਨੀ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅੰਡਰ ਆਉਂਦੀ ਹੈ ਤੇ ਟੌਪਸ 올림픽 ਪੋਡੀਅਮ ਸਕੀਮ ਦਾ ਮਤਲਬ ਹੁੰਦਾ ਜਿਹੜਾ ਉਹ ਹੁੰਦਾ ਨਹੀਂ ਚੜਦੇ ਹੁੰਦੇ 1 2 3 ਹੁੰਦਾ 1 2 3 ਇਹ ਹੁੰਦਾ ਵੀ ਸਾਡੇ ਵੀ ਮੈਡਲ ਹੋਣ ਤੇ ਇਹਦੇ ਸੀਈਓ ਨੇ ਪੀ ਕੇ ਗਰਗ ਕੋਮੋਡੋਰ ਪੀ ਕੇ ਗਰਗ ਇਹਦੇ ਸੀਈਓ ਨੇ ਇਹ ਤੁਸੀਂ ਧਿਆਨ ਰੱਖਣੀ ਹੈ सवेरे वाली क्लास का आया नहीं पी डी एफ कोई ना हूँ तो होगा नहीं सवेरे चैक करो यार सवेरे हूँ तो सारी छुट्टी चले गई ठीक है दो हज़ार चौबीस वाला होगा पैरिस होगा अठाई वाला पैरिस कितने फ्रांस विच है अठाई वाला लॉस एंजलिस होगा एक थे यू एस एच है बत्ती वाला ब्रिस्बेन होगा ये थे ऑस्ट्रेली है दो हज़ार छब्बी का जोड़ा विंटर ओलंपिक्स है इटली च हो रहा है दो हज़ार चौबी का विंटर ओलंपिक्स ਇੱਕ ਗੈਂਗਵਨ ਸਾਊਥ ਕੋਰੀਆ ਚ ਹੋ ਰਿਹਾ ਤੇ 2026 ਦਾ ਸਮਰ ਯੂਥ 올ਿਪਿਕਸ ਇਹ ਡਕਾਰ ਕਿੱਥੇ ਹੈ ਸੇਨੇਗਲ ਚ ਹੋ ਰਿਹਾ ਹੈ ਠੀਕ ਹੈ ਇਹਨੂੰ ਡਕਾਰ ਹੀ ਅਨਾਉਂਸ ਕਰਦੇ ਨੇ ਕਿਤੇ ਕੋਈ ਐਸਾ ਡਕਾਰ ਕਿਹਾ ਤੁਸੀਂ ਠੀਕ ਹੈ ਹੋਰ ਗੱਲ ਕਰਦੇ ਆਪਾਂ ਇਹ 2022 ਵਾਲਾ 올ਿਪਿਕਸ ਕਿੱਥੇ ਹੋ ਰਿਹਾ ਪਤਾ ਕਿ 2022 ਦਾ ਵਿੰਟਰ 올ਿਪਿਕਸ ਇਹ ਹੋ ਰਿਹਾ ਜੀ ਬੀਜਿੰਗ ਵਿੱਚ ਬੀਜਿੰਗ ਕਿੱਥੇ ਹੈ ਇਹ ਹੈ ਜੀ ਚਾਈਨਾ ਠੀਕ ਹੈ ਜੀ ਇਹ ਹੈ ਚਾਈਨਾ ਵਿੱਚ ਹੈ ਇਹ ਤੇ ਇਸ ਇਸ ਚ ਤੁਹਾਨੂੰ ਪਤਾ ਹੀ ਹੈ ਕੋਈ ਵੀ ਦਰਸ਼ਕ ਅਲਾਉਡ ਨਹੀਂ ਹੈ 노 ઓਡੀਅנס ਅਲਾਉਡ ਇਹਨਾਂ ਨੇ ਪਹਿਲਾਂ ਹੀ ਕਿਹਾ ਤਾਂ ਤੇ ਪਤਾ ਹੈ ਨਾ ਰੀਜ਼ਨ ਕੀ ਦਿੱਤਾ ਸੀ ਕਹਿੰਦੇ ਕੋਵਿਡ ਮਤਲਬ ਜਿੱਥੋਂ ਜਿਸ ਘਰ ਤੋਂ ਕੋਵਿਡ ਨਿਕਲਿਆ ਬਾਹਰ ਉਹੀ ਹੁਣ ਕੋਵਿਡ ਨੂੰ ਆਉਣ ਤੋਂ ਮਨਾ ਕਰ ਰਹੇ ਨੇ ਮਤਲਬ ਡਰ ਹੈ ਚਲੋ ਠੀਕ ਹੈ ਉਹ ਫਨ ਐਂਡ ਗੇਮਸ ਚਲੋ ਤੇ ਬਾਕੀ ਤੁਹਾਨੂੰ ਦੱਸ ਦਈਏ ਯੂ ਐਸ ਏ ਇੱਥੇ ਯੂ ਐਸ ਏ ਆਸਟ੍ਰੇਲੀਆ ਕੈਨੇਡਾ ਇਹਨਾਂ ਕੰਟਰੀ ਨੇ ਇੱਥੇ ਆਪਣੀ ਡਿਪਲੋਮੈਟਿਕ ਟੀਮ ਨੂੰ ਭੇਜਣ ਨੂੰ ਮਨਾ ਕਰਤਾ ਇਹ ਡਿਪਲੋਮੈਟਿਕ ਬਾਇਕਾਟ ਕਰ ਰਹੇ ਨੇ ਕੀ ਕਹਿੰਦੇ ਨੇ ਡਿਪਲੋਮੈਟਿਕ ਬੋਇਕਾਟ ਕਰ ਰਹੇ ਨੇ ਕੌਣ ਇਹ ਤਿੰਨ ਕੰਟਰੀ ਦਾ ਜੀ ਯੂ ਐਸ ਏ ਆਸਟ੍ਰੇਲੀਆ ਤੇ ਕੈਨੇਡਾ ਇੱਕ ਅੰਦੀ ਹੋਰ ਆਈ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਇੰਡੀਆ ਚ ਕਦੋਂ ਹੋਏਗਾ ਜਦੋਂ ਇੰਡੀਆ ਇੰਨਾ ਜ਼ਿਆਦਾ ਡਿਵੈਲਪ ਹੋ ਗਿਆ ਨਾ ਕਿ ਉਹ ਇੰਨਾ ਜ਼ਿਆਦਾ ਖਰਚਾ ਕਰ ਲੇ ਤੇ ਇੰਡੀਆ ਦੀ ਜੀ ਡੀ ਪੀ ਤੇ ਫਰਕ ਨਾ ਪਵੇ ਜੀ ਡੀ ਪੀ ਤੇ ਨਹੀਂ ਸੋਰੀ ਇੰਡੀਆ ਦੀ ਇਨਕਮ ਤੇ ਫਰਕ ਨਾ ਪਵੇ ਉਦੋਂ ਕਰੇਗਾ ਕਿਉਂਕਿ ਹੁਣ ਤਾਂ ਪਤਾ ਕਿ 올림픽ਸ ਲਈ ਬਹੁਤ ਵੱਡਾ ਬਹੁਤ ਵੱਡਾ ਵਿਲੇਜ ਬਣਾਣਾ ਪੈਂਦਾ 올림픽ਸ ਵਿਲੇਜ ਹੁੰਦਾ ਜਿਹੜਾ ਤੇ ਉਹ ਇੱਕ ਵਾਰ 올림픽ਸ ਹੋਣ ਤੋਂ ਬਾਅਦ ਉਹ ਦੁਬਾਰੇ ਯੂਜ਼ ਹੋਣਾ ਬਹੁਤ ਹੀ ਮੁਸ਼ਕਿਲ ਹੁੰਦਾ ਤੁਸੀਂ ਦੇਖੋ ਇੱਕ ਵਾਰ Google ਕਰਕੇ ਦੇਖਿਓ YouTube ਤੇ ਦੇਖਿਓ ਬੀਜਿੰਗ ਦੇ ਜਿਹੜਾ ਪਿਛਲੇ 올림픽ਸ ਹੋਏ 2008 ਵਾਲਾ ਉਹਦਾ ਕੀ ਹਾਲ ਹੈ ਜਿਹੜਾ ਰਿਓ ਤੇ 2016 ਵਾਲ 올림픽ਸ ਹੋਏ ਤੇ ਕੀ ਹਾਲ ਹੈ ਬੰਜਰ ਹੋਈ ਪਈਆਂ ਜ਼ਮੀਨਾਂ ਉਹ ਬੰਜਰ ਹੋਇਆ ਵਾ ਸਾਰਾ ਖੰਡਰ ਜੇ ਬਣੇ ਹੋਏ ਆ ਤਾਂ ਕਰਕੇ ਸਰ ਆਰਗਨਾਈਜੇਸ਼ਨ ਵਾਲੀ PDF ਸੈਂਡ ਕਰ ਦੋ ਵੀਕ ਹੋ ਗਿਆ ਕਹਿੰਦੇ ਨੂੰ ਅੱਛਾ ਜੀ ਇਹ ਵੀ ਨਹੀਂ ਆਈ ਚਲੋ 1 ਮਿੰਟ ਦਿਓ ਮੈਨੂੰ ਮੈਂ ਪਹਿਲਾਂ ਪੀਡੀਐਫ ਦਾ ਹੀਲਾ ਕਰ ਲੈਣਾ ਹੈ ਨਾ 2 ਮਿੰਟ ਦਿਓ ਮੈਂ 1 ਮਿੰਟ ਉਹਨੂੰ ਟੈਕਸਟ ਕਰ ਦੇਣਾ हां जी फिर करता मैं टेक्स्ट होन आ ज्यूगी ਤੁਹਾਡੇ ਕੋਲ ਕੱਲ ਆਊਗੀ ਅੱਜ ਹੁਣ ਨਹੀਂ ਕੱਲ ਆਊਗੀ ਠੀਕ ਹੈ ਚਲੋ ਅੱਗੇ ਚਲਦੇ ਆ ਤਾਂ ਜੀ ਟੋਕੀਓ 올림픽 ਦੀ ਗੱਲ ਕਰੀਏ ਆਪਾਂ ਇਹ ਟੋਕੀਓ 올림픽 ਹੋਇਆ ਡੇਟ 2020 ਵਿੱਚ ਇਹ ਚੌਥੀ ਵਾਰੀ ਜਾਪਾਨ ਨੇ ਹੋਸਟ ਕੀਤੇ ਚੌਥੀ ਵਾਰੀ ਮੇਜ਼ਬਾਨੀ ਕੀਤੀ ਹੈ ਪਹਿਲੀ ਵਾਰੀ ਕੀਤੀ ਸੀ 1964 ਦੇ ਸਮਰ 올림픽ਸ ਦੀ ਜਿਹੜੇ ਇਹ ਹੋਏ ਨੇ ਟੋਕੀਓ 2020 ਇਹ ਵੀ ਸਮਰ 올림픽 ਸੀ ਨੇ ਸਮਰ 올림픽 ਦਾ ਮਤਲਬ ਪਤਾ ਕਿਸ ਨੂੰ ਮਤਲਬ ਫਰਕ ਕੀ ਹੈ ਸਮਰ ਤੇ ਵਿੰਟਰ ਕਿੰਨੇ ਸਰ ਹੁਣੇ ਤਾਂ ਹੋਇਆ ਅਗਸਤ ਚ ਤੇ ਹੁਣ ਕਹਿੰਦੇ ਦਸੰਬਰ ਚ ਸਮਰ ਹੋਗੀ ਨਹੀਂ ਐਦਾਂ ਨਹੀਂ ਹੁੰਦਾ ਵੀ ਵਿంటర్ 올림픽 ਦਾ ਮਤਲਬ ਹੈ ਜਿੱਥੇ ਵਿంటర్ ਵਾਲੇ ਸਪੋਰਟਸ ਹੁੰਦੇ ਜਿੱਥੇ ਆਈਸ ਵਾਲੇ ਸਪੋਰਟਸ ਹੁੰਦੇ ਸਕੀਿੰਗ ਵਗੈਰਾ ਹੁੰਦੀ ਹੈ ਨਾ ਤਾਂ ਜੀ ਟੋਕੀਓ ਚ ਹੋਇਆ ਸੀ 1964 ਸਰ 올림픽ਸ ਹੋਇਆ ਸੀ ਫਿਰ ਸਪੋਰੋ ਇੱਕ ਸਿਟੀ ਦਾ ਨਾਮ ਹੈ ਜਪਾਨ ਚ ਹੀ ਹੈ 1972 ਵਿੱਚ ਵਿంటర్ 올림픽ਸ ਹੋਏ ਤੇ ਨਗਾਨੋ 1998 ਵਿੱਚ ਇਹ ਵੀ ਵਿంటర్ 올림픽ਸ ਹੋਇਆ ਸੀ ਠੀਕ ਹੈ ਹਾਂਜੀ ਹਾਂਜੀ ਵਾਪਿਸ ਹੋ ਗਈ ਵਾਪਿਸ ਹੋ ਗਈ ਸੰਡੀ ਸਿੱਧੂ ਦੇਖੋ ਜਿਹੜੀ ਵੀ ਤੁਸੀਂ ਕੋਈ ਬੈਚ ਬਾਏ ਕੀਤਾ ਤੇ ਜੇ ਦੇਖੋ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਦੇਖੋ ਬੱਚੇ ਬਾਏ ਕਰਦੇ ਨੇ ਕੁਝ ਬੈਚ ਨਾ ਮੰਨ ਲਓ ਜਿੱਦਾਂ ਪੀਐਸਟੈਟ ਦਾ ਸ਼ੁਰੂ ਕੀਤਾ ਸੀ ਬਟ ਐਂ ਹੁੰਦਾ ਵੀ ਬੱਚਿਆਂ ਨੇ 4-5 ਨੇ ਹੀ ਖਰੀਦੇ ਹੋਵੇ ਬੈਚ ਤਾਂ ਜੀ ਪੂਰੀ ਟੀਮ ਸਾਡੇ ਮੈਨੇਜਮੈਂਟ ਵੱਲੋਂ ਆਂਦਾ ਕਿ ਪੂਰੀ ਟੀਮ ਉਹ ਤੇ ਇਨਵੈਸਟ ਨਹੀਂ ਕਰ ਸਕਦੀ ਕਿਉਂ ਕਿ ਕਿਉਂਕਿ ਹੋਰ ਵੀ ਬੈਚ ਚੱਲੇ ਹੁੰਦੇ ਜਿੱਦਾਂ ਹੁਣ ਪੀਐਸਪੀਸੀਐਲ ਦਾ ਚੱਲੂਗਾ ਨਾਲ ਨਾਲ ਫਿਰ ਪੀਪੀਐਸਸੀ ਦਾ ਚੱਲੂਗਾ ਫਿਰ ਜੇ ਘੱਟ ਐਡਮਿਸ਼ਨਸ ਹੁੰਦੀ ਹੈ ਨਾ ਫਿਰ ਉਹ ਪੈਸੇ ਮੁੜ ਦੇ ਦਿੰਦੇ ਜਾਂ ਫਿਰ ਤੁਹਾਨੂੰ ਤੁਹਾਡੇ ਤੋਂ ਪੁੱਛ ਲੈਂਦੇ ਨੇ ਤੁਸੀਂ ਬੈਚ ਲੈਣਾ ਹੋਰ ਕੋਈ ਤੁਸੀਂ ਮਹਾਪੈਕ ਲੈਣਾ ਜਿੱਦਾਂ ਹੁਣ ਪੀਐਸਟਟ ਦਾ ਹੋਇਆ ਸੀ ਜਦੋਂ ਕੈਨਸਲ ਹੋਇਆ ਤਾਂ ਉਹਨਾਂ ਨੂੰ ਮਹਾਪੈਕ ਦੇਤੇ ਸੀ ਬਟ ਫਿਰ ਬੱਚਿਆਂ ਨੇ ਕਿਹਾ ਸਾਨੂੰ ਮਹਾਪੈਕ ਨਹੀਂ ਲੈਣਾ ਤਾਂ ਉਹਨਾਂ ਲਾਈਕ ਉਹਨਾਂ ਨਾਲ ਗੱਲ ਹੋ ਰਹੀ ਹੈ ਉਹਨਾਂ ਨੂੰ ਪੈਸੇ ਮਿਲ ਜਾਣੇ ਵਾਪ ਤਾ ਫੀਸ ਵਾਪਸ ਕਰੋਗੀ ਬਿਲਕੁਲ ਵਾਪਸ ਹੋਗੀ ਥੋੜੇ ਤੋਂ ਪੁੱਛਿਆ ਵੀ ਜਾਊਗਾ ਤੁਸੀਂ ਕੋਈ ਮਹਾ ਪੈਗ ਲੈਣਾ ਤੁਸੀਂ ਵੈਚ ਲੈਣਾ ਹੋਰ ਕੋਈ ਜਾਂ ਫੀਸ ਲੈਣੀ ਉਹ ਤੁਹਾਡੇ ਉੱਤੇ ਆ ਠੀਕ ਹੈ ਚਲੋ ਤਾਂ ਜੀ ਪਹਿਲੇ ਮਾਡਰਨ 올ਿਮਪਿਕਸ ਇਹ ਮਾਡਰਨ 올ਿਮਪਿਕਸ ਬਾਰੇ ਗੱਲ ਹੈ ਸਟੈਟਿਕ ਜੀ ਕੇ ਵਾਲੇ ਕਿੱਥੇ ਮੈਨੂੰ ਪੁੱਛਦੇ ਹੁੰਦੇ ਸਰ ਸਟੈਟਿਕ ਜੀ ਕੇ ਕੌਣ ਕਰਾਊਗਾ ਮੈਂ ਕਿਹਾ ਐਦਾਂ ਹੀ ਹੋਊਗਾ ਕਰੰਟ ਅਫੇਅਰ ਦੀ ਕਲਾਸ ਅਲਾਵਾ ਕਰੰਟ ਅਫੇਅਰ ਦੀ ਕਲਾਸ ਕੱਲੀ ਕਰੰਟ ਅਫੇਅਰ ਦੀ ਕਲਾਸ ਨਹੀਂ ਹੁੰਦੀ ਸਟੈਟਿਕ ਜੀ ਕੇ ਤਾਂ ਪਰ ਪਰ ਕੇ ਆਂਦਾ ਠੀਕ ਹੈ ਇਹ ਦੇਖੋ ਹੁਣ ਤਾਂ ਜੀ ਫਰਸਟ ਮਾਡਰਨ 올ਿਮਪਿਕ ਵਰ ਹੈਲ एथेंस ਕਿੱਥੇ ਐਥेंस ਹੈ ਗ੍ਰੀਸ ਵਿੱਚ ਗਲਤ ਨਹੀਂ ਕਹਿ ਰਿਹਾ ਮੈਂ ਇੱਕ ਵਾਰ ਦੇਖੋ ਯਾਰ ਮੈਨੂੰ ਵੀ ਸ਼ੱਕ ਜਾ ਰਿਹਾ ਐਥेंस ਕਿੱਥੇ ਹੈ ਯਾਰ ਗ੍ਰੀਸ 'ਚ ਹੀ ਹੈ ਹਾਂਜੀ ਬਿਲਕੁਲ ਕੈਪੀਟਲ ਆਫ ਗ੍ਰੀਸ कहते माड़े हाल कहते करंट अफेयर मकसद यही थी मुंडे तो कुड़िया लियाइए पूरी दुनिया के कंट्र चो भी अड अड्ड जेड होने एक समर ओलंपिक कराया करूंगे एक विंटर ओलंपिक कराया करूंगे पहले ओलंपिक किए पहले ओलंपिक ਕਿੱਥੇ ਹੈ ਇਹ ਹੈ ਗ੍ਰੀਸ ਚ ਗ੍ਰੀਸ ਚ ਠੀਕ ਹੈ ਜੀ ਚਲੋ ਯਾਰ ਇੱਕ ਵਾਰ ਸੈਸ਼ਨ ਨੂੰ ਲਾਈਕ ਲੋਈ ਕਰ ਦਿਓ ਯਾਰ ਮੈਂ ਤਾਂ ਪਤਾ ਕਰਿਆ ਆ ਕੇ ਬੋਲਣਾ ਹੀ ਭੁੱਲ ਗਿਆ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਸੀਂ ਕਰਦੇ ਹੀ ਨਹੀਂ ਆਪੇ ਠੀਕ ਹੈ ਲਾਈਕ ਕਰ ਦਿਓ ਚਲੋ ਫਿਰ ਅੱਗੇ ਚੱਲਦੇ ਫਿਰ ਜੀ 2020 ਦੇ ਸਮਰ 올림픽ਸ ਇਹ ਹੋਣੇ ਕਦੋਂ ਸੀ ਇਹ オリਜੀਨਲੀ ਹੋਣੇ ਸੀ 24 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਤੇ ਹੁਣ ਕਦੋਂ ਆਇਆ 23 ਜੁਲਾਈ ਤੋਂ ਲੈ ਕੇ ਕਦੋਂ ਤੱਕ ਆਇਆ 23 ਜੁਲਾਈ ਤੋਂ ਲੈ ਕੇ ਲਿਖਾਇਆ ਸੀ ਦੋ ਵਾਰ ਦੱਸਤਾ ਮੈਂ तेई जुलाई तो अठ अगस्त तो इतने भी कराया तेई जुलाई तो अठ अगस्त ठीक है यहां याद नहीं करना यह मैं थोड़ी वैसे इन्फॉर्मेन दसी है ठीक है तेई जुलाई तो अठ अगस्त दो हज़ार इक्की याद रखना है हाँ जी उदों कि थे, इंडिया नोडियो इतने जी इंडिया तो उस टाइम गोरिया तो निबड़ की तैयारी कर रहा था भी करिए क्या क्ढिए कि बट वॉज रीशेड्यूल टू ट्वेंटी ट्वेंटी वन बाई ट्वेल्व मंथ्स ड्यू टू कोविड नाइनटीन पेंडेमिक ठीक है जी द थीम ऑफ टोक्यो ओलंपिक ट्वेंटी ट्वेंटी इज मूविंग फॉरवर्ड यूनाइटेड बाय इमोशन ਦੁਆਰੇ ਕਹਿੰਦਾ ਮੋਟੋ ਤੇ ਥੀਮ ਅਡਡ ਹੁੰਦੀ ਹੈ ਇਹਦੀ ਥੀਮ ਕੀ ਹੈ 무ਵਿੰਗ ਫੋਰਵਰਡ ਯੂਨਾਈਟਿਡ ਬਾਈ ਇਮੋਸ਼ਨ ਐਟ ਦ ਟੋਕੀਓ 올림픽ਸ ਓਪਨਿੰਗ ਸੈਰੇਮਨੀ ਇੰਡੀਆ 21 ਨੰਬਰ ਤੇ ਆਈ ਸੀਗੀ 205 ਕੰਟਰੀਸ ਤੋਂ ਤੁਸੀਂ ਪੁੱਛੋਗੇ ਟੋਟਲ ਕੰਟਰੀਸ ਕਿੰਨੀ ਹੈ ਟੋਟਲ ਕੰਟਰੀ ਨੇ 205 ਤੇ ਇੰਡੀਆ ਆਈ ਸੀ 21ਵੇਂ ਨੰਬਰ ਤੇ ਆਈ ਸੀ ਫਲੈਗ ਬੀਅਰ ਹੁੰਦੇ ਤੁਹਾਨੂੰ ਯਾਦ ਹੈ ਝੰਡਾ ਫੜ ਕੇ ਆਉਂਦੇ ਨੇ ਫਲੈਗ ਬੀਅਰ ਕਾਉਂਟ ਬਣੇ ਸੀ ਫਲੈਗ ਬੀਅਰ ਬਣੇ ਸੀ ਐਮ ਸੀ ਮੈਰੀਕਮ ਬੌਕਸਿੰਗ ਤੇ ਮਨਪ੍ਰੀਤ ਸਿੰਘ ਸਾਡੀ ਹਾਕੀ ਟੀਮ ਦੇ ਕੈਪਟਨ ਪੰਜਾਬ ਤੋਂ ਨੇ ਜਿਹੜੇ ਠੀਕ ਹੈ ਇੱਥੇ ਰਾਈਟਿੰਗ ਬਾਰੇ ਨਾ ਕਿਹਾ ਯਾਰ ਬਸ ਕੋਈ ਹੈ ਨਾ ਚਲੋ ਠੀਕ ਹੈ ਚਲੋ ਅੱਗੇ ਚੱਲਦੇ ਫਿਰ ਇੰਡੀਆ ਇਹ ਮੈਂ ਉਹੀ ਉਹੀ ਗੱਲ ਦੱਸਤੀ ਮੈਂ ਤਾਂ ਇੰਡੀਆ ਮਾਰਚ ਐਟ ਦਾ 21ਸਟ ਨੰਬਰ 21ਵੇਂ ਨੰਬਰ ਤੇ ਆਈ ਇੰਡੀਆ ਵਿਦ ਦਾ ਬੌਕਸਰ ਮੈਰੀ ਕòm ਐਂਡ ਮੈਨਸ ਹਾਕੀ ਕੈਪਟਨ ਮਨਪ੍ਰੀਤ ਸਿੰਘ ਐਸ ਫਲੈਗ ਬੀਅਰਰਸ ਠੀਕ ਹੈ ਜੀ ਮਣੀਪੁਰ ਤੋਂ ਤੇ ਪੰਜਾਬ ਤੋਂ ਮਣੀਪੁਰ ਤੇ ਆ ਕਿ ਇਸ ਸਮ ਤੋਂ ਦੱਸੋ ਮਣੀਪੁਰ ਤੋਂ ਕਿ ਮਿਜ਼ੋਰਮ ਕਿੱਥੋਂ ਹੈ ਇਹ ਮੈਰੀਕਮ ਕਿੱਥੋਂ ਹੈ ਹਾਂਜੀ ਮਣੀਪੁਰ ਤੋਂ ਨੇ ਠੀਕ ਹੈ ਇਹ ਪੰਜਾਬ ਤੋਂ ਨੇ ਬਾਜੀ ਇਹ ਤਾਂ ਸਾਡਾ ਪਤਾ ਹੀ ਹੈ ਫਿਰ ਜੀ ਇਸ ਵਾਰੀ ਇਹ ਸਟੈਂਡਿੰਗ ਰਹੀ ਫਸਟ ਪੋਜੀਸ਼ਨ ਤੇ ਰਹਾ ਯੂਨਾਈਟਿਡ ਸਟੇਟ ਸੈਕੰਡ ਪੋਜੀਸ਼ਨ ਤੇ ਰਹਾ ਚਾਈਨਾ ਥਰਡ ਪੋਜੀਸ਼ਨ ਤੇ ਰਹਾ ਜਪਾਨ ਫੋਰਥ ਤੇ ਰਹਾ ਗ੍ਰੇਟ ਬ੍ਰਿਟੇਨ ਤੇ ਅਸੀਂ ਰਹੇ 48ਸ ਪੋਜੀਸ਼ਨ ਤੇ 48ਵੇਂ ਪੋਜੀਸ਼ਨ ਤੇ ਇੰਡੀਆ ਰਹਾ ਇੱਕ 골ਡ ਮੈਡਲ ਆਇਆ ਦੋ ਸਿਲਵਰ ਮੈਡਲ ਆਏ ਤੇ ਚਾਰ ਬ੍ਰੌਂਜ਼ ਮੈਡਲ ਆਏ ਟੋਟਲ ਸਾਡੇ ਕੋਲ ਆ ਗਏ ਸੀ ਸੱਤ ਮੈਡਲ ਆਏ ਸੀ ਤੇ ਬੈਸਟ ਪਰਫਾਰਮੈਂਸ ਆਈ ਸੀ ਇੰਡੀਆ ਦੀ ਠੀਕ ਹੈ ਜੀ ਚਲੋ ਤਾਂ ਇੰਡੀਆ ਦੀ ਗੱਲ ਕਰਦੇ ਟੋਕੀਓ 올림픽 ਚ ਆਏ ਨੇ ਮੇਨ ਵਿੱਚ ਆਪਾਂ ਗੱਲ ਕਰਾਂਗੇ ਤਾਂ ਇੰਡੀਅਨ ਐਥਲੀਟ ਨੇ ਨੀਰਜ ਚੋਪੜਾ ਨੇ ਹਿਸਟਰੀ ਬਣਾਤੀ ਥੀ 골ਡ ਮੈਡਲ ਆਇਆ ਸੀ ਕਿੰਨੇ ਕਿੰਨਾ ਲੰਬਾ ਕਿੰਨਾ ਦੂਰ ਸਿੱਟਿਆ ਸੀ ਗੱਲਾਂ ਯਾਦ ਰੱਖਣ ਵਾਲੀ ਹੁਣ 골ਡ ਕਿਨੋ ਹੈ ਨੀਰਜ ਚੋਪੜਾ ਸਾਰੀ ਦੁਨੀਆ ਨੂੰ ਪਤਾ 97.58 ਮੀਟਰ ਦੂਰ ਸਿੱਟਿਆ 7 ਅਗਸਤ ਨੂੰ ਸਿੱਟਿਆ ਤੇ ਹੁਣ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਡਿਸਾਈਡ ਕਰਤਾ ਕਿ 7 ਅਗਸਤ ਨੂੰ ਆਪਾਂ ਸੈਲੀਬ੍ਰੇਟ ਕਰਾਇਆ ਕਰਾਂਗੇ ਜੈਵਲਿਨ ਥਰੋ ਡੇ ਹੁਣ ਇਹ ਗੱਲਾਂ ਦੀ ਥੋੜੇ ਕੋਲ ਪੇਪਰ ਸਵਾਲ ਕੀ ਆਊਗਾ ਪ ਇੱਕ ਨੇ ਡਿਸਾਈਡ ਕੀਤਾ ਕਿ 7 ਅਗਸਤ ਨੂੰ ਜੈਵਲਿਨ ਥਰੋਅ ਦਿਨ ਮਨਾਇਆ ਜਾਊਗਾ। ਦੇਖ ਰਹੇ ਹੋ ਤੁਸੀਂ ਤੁਹਾਡੇ ਕੋਲ ਆਪਸ਼ਨ ਆਉਂਗੇ ਕਿਹੜੇ ਗਵਰਨਮੈਂਟ ਆਫ ਇੰਡੀਆ ਆਊਗਾ ਤੁਹਾਡੇ ਕੋਲ ਆਪਸ਼ਨ ਗਵਰਨਮੈਂਟ ਆਫ ਹਰਿਆਣਾ ਆਊਗਾ ਤੁਹਾਡੇ ਕੋਲ ਆਪਸ਼ਨ ਤੁਹਾਡੇ ਕੋਲ ਸਪੋਰਟਸ ਅਥਾਰਟੀ ਆਫ ਇੰਡੀਆ ਆ ਜਾਊਗਾ ਤੁਹਾਡੇ ਕੋਲ ਆਫਟਰ ਮਿਨਿਸਟਰੀ ਆਫ ਸਪੋਰਟਸ ਯੂਥ ਅਵੇਅਰਨਸ ਐਂਡ ਸਪੋਰਟਸ ਆ ਜਾਊਗਾ ਤੇ ਪੰਜਾਬਾ ਹੋਊਗਾ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਤੇ ਤੁਸੀਂ ਕਰੋਗੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਕਿ ਹੈ ਕਿ ਹੁਣ 7 ਅਗਸਤ ਨੂੰ ਜੈਵਲਿਨ ਥਰੋ ਡੇ ਮਨਾਇਆ ਜਾਊਗਾ ਤਾਂ ਇਹੋ ਜੇ ਕੁਐਸਚਨ ਤੁਹਾਨੂੰ ਕਰਨੇ ਪੈਣੇ ਦੇਖੋ ਸਭ ਨੂੰ ਪਤਾ ਨੀਰਜ ਚੋਪੜਾ 87.58 ਵੀ ਪੜ ਬਟ ਇਹ ਕਿਨੇ ਦਿੱਤਾ ਕਿਨੇ ਡਿਸਾਈਡ ਕੀਤਾ ਇਹ ਡਿਸਾਈਡ ਕੀਤਾ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਠੀਕ ਹੈ ਤੇ ਨੀਰਜ ਚੋਪੜਾ ਹੈਜ਼ ਬਿਕਮ ਦਾ ਸੈਕੰਡ ਇੰਡੀਵਿਜੂਅਲ 올림픽 골ਡ ਮੈਡਲਿਸਟ ਆਫਟਰ ਅਵਿਨਵ ਬਿੰਦਰਾਏ ਤੋਂ ਪਹਿਲਾ ਅਵਿਨਵ ਬਿੰਦਰਾ ਦਾ ਆਇਆ ਸੀ 올림픽 ਇਕੱਲਾ ਜਿਹੜਾ ਮੈਡਲ ਆਇਆ ਸੀ ਉਹ ਆਇਆ ਸੀ ਸ਼ੂਟਿੰਗ ਵਿੱਚ 골ਡ ਸਾਡੇ ਕੋਲ ਪਹਿਲਾਂ ਆਏ ਹੋਏ ਹਨ ਹਾਕੀ ਵਿੱਚ ਆਏ ਹੋਏ ਨੇ 골ਡ ਪਹਿਲਾਂ ਸਾਡੇ ਕੋਲ ਤੇ ਜਿਹੜਾ ਇੰਡੀਵਿਜੂਅਲ 골ਡ ਮੈਡਲਿਸ ਇਹ ਦੂਜਾ ਹੀ 골ਡ ਮੈਡਲ ਆਇਆ ਜਿਹੜਾ ਇੰਡੀਵਿਜੂਅਲ ਇਵੈਂਟਸ ਚ ਹੈ ਉਹਨਾਂ ਦਾ ਆਇਆ ਸੀ ਸ਼ੂਟਿੰਗ ਵਿੱਚ ਤੇ ਇਹਨਾਂ ਦਾ ਆਇਆ ਹੈ ਜੈ ਚਲੋ ਇੰਡੀਆ ਦੀ ਹਾਕੀ ਟੀਮ ਨੇ ਕ੍ਰੀਏਟ ਕਰਤੀ ਹਿਸਟਰੀ 41 ਸਾਲਾਂ ਬਾਅਦ ਇਹ ਤੋਂ ਪਹਿਲਾਂ ਕਿੱਥੇ ਹੋਇਆ ਸੀ ਮਾਸਕੋ ਰਸ਼ੀਆ ਵਿੱਚ 1980 ਵਿੱਚ ਜਿੱਤੇ ਸੀ ਅਸੀਂ 골ਡ ਮੈਡਲ ਕੋਈ ਵੀ ਮੈਡਲ ਆਇਆ ਸੀ ਉਸ ਤੋਂ ਬਾਅਦ ਸਾਡੇ ਕੋਲ ਮੈਡਲ ਹੀ ਨਹੀਂ ਹੈ 1980 ਮਾਸਕੋ ਯਾਨੀ ਕਿ ਰਸ਼ੀਆ ਵਿੱਚ ਲਾਸਟ ਮੈਡਲ ਆਇਆ ਸੀ ਤੇ ਇਹ ਤੋਂ ਬਾਅਦ ਸਿੱਧਾ ਹੁਣ ਜਾ ਕੇ 2021 ਵਿੱਚ ਆਇਆ ਕਿਹੜਾ ਬ੍ਰੌਂਜ਼ ਮੈਡਲ ਆਇਆ ਹੁਣ ਸਵਾਲ ਆ ਜਾਂਦਾ ਤੁਹਾਡੇ ਕੋਲ ਕਿਹੜਾ ਸਵਾਲ ਆ ਜਾਂਦਾ ਹਰਾਇਆ ਕਿਨੂੰ ਸੀ ਹਰਾਇਆ ਸੀ ਨੀਦਰਲੈਂਡ ਨੂੰ ਹੈਨਾ ਨੀਦਰ ਲੈਂਡ ਨੂੰ ਹਰਾਇਆ ਸੀ ਸੀ ਤੇ ਬੌਕਸਰ ਲਵਲੀਨਾ ਬੋਰਗੋ ਹੈ ਨੂੰ ਵੀ ਬ੍ਰੌਂਜ਼ ਮੈਡਲ ਮਿਲਿਆ ਵੈਲਟਰਵੇਟ ਬੌਕਸਿੰਗ ਵਿੱਚ ਇਹ ਅਸਮ ਤੋਂ ਨੇ ਰਵੀ ਦਈਆ ਤੇ ਬਦਰੰਗਪੂ ਨੇ ਰੈਸਲਿੰਗ ਵਿੱਚ ਮਿਲੇ ਇਹਨਾਂ ਨੂੰ ਮਾਡਲ ਠੀਕ ਹੈ ਜੀ ਇਹ ਸਾਨੂੰ ਪਤਾ ਹੀ ਹੈ ਬਾਅਦ ਦੇ ਬਾਰੇ ਅੱਗੇ ਡਿਸਕਸ ਕਰਦੇ ਹਾਂ ਚੱਜਣਾ ਇਸ ਬੈਡਮਿੰਟਨ ਪਲੇਅਰ ਪੀਵੀ ਸਿੰਧੂ ਨੂੰ ਮਿਲਿਆ ਬ੍ਰੌਂਜ਼ ਮੈਡਲ ਇਹਨੇ ਹਰਾਇਆ ਚਾਈਨਾ ਦੀ ਕੁੜੀ ਸੀ ਹੀ ਬਿੰਗ ਜਿਓ ਨੂੰ ਠੀਕ ਹੈ ਜੀ ਇਹ ਇਹ ਤੋਂ ਪਹਿਲਾਂ 2016 ਦੇ ਰਿਓ 올ਿੰਪਿਕਸ ਵਿੱਚ ਵੀ ਸਿਲਵਰ ਮੈਡਲ ਜਿੱਤ ਚੁੱਕੀ ਹੈ ਤੇ 2020 ਦੇ ਟੋਕੀਓ 올림픽ਸ ਵਿੱਚ ਹੁਣ ਇਹਨਾਂ ਕੋਲ ਕਿਹੜਾ ਆ ਗਿਆ ব্রੌਂਜ਼ ਮੈਡਲ ਆ ਗਿਆ ਤੇ ਹੁਣ ਤੁਹਾਡੇ ਕੋਲ ਸਵਾਲ ਕਿ ਹੋ ਜਾਊਗਾ ਤੁਹਾਨੂੰ ਹੋਰ ਕੋਈ ਨਹੀਂ ਕਰਾਊਗਾ ਮੈਂ ਨਹੀਂ ਕਹਿੰਦਾ ਮੈਂ ਤਾਂ ਦੇਖਿਆ ਨਹੀਂ ਕਿਉਂਕਿ ਪੜ੍ਹਿਆ ਕਿਤੇ ਵੀ ਓਨਲੀ ਗਰਲ ਜਿਹਦੇ ਦੋ 올림픽 ਲਗਾਤਾਰ ਕੰਟੀਨਿਊਸ ਮੈਡਲ ਆਏ ਨੇ ਫਰਸਟ ਗਰਲ ਓਨਲੀ ਗਰਲ ਕੁਝ ਵੀ ਕਹਿ ਲੋ ਜੇ ਕਿਹਾ ਜਾਵੇ ਫਰਸਟ ਇੰਡੀਅਨ ਤਾਂ ਫਰਸਟ ਇੰਡੀਅਨ ਨੇ ਸੁਸ਼ੀਲ ਕੁਮਾਰ ਉਹਨਾਂ ਦਾ 2012 ਲੰਡਨ ਚ ਵੀ ਆਇਆ ਸੀ ਤੇ 2016 ਰਿਓ ਚ ਵੀ ਆਇਆ ਸੀ ਮੈਡਲ ਕਿਦਾ ਸੁਸ਼ੀਲ ਕੁਮਾਰ ਦਾ ਫਰਸਟ ਇੰਡੀਅਨ ਦੀ ਗੱਲ ਕੀਤੀ ਜਾਵੇ ਤਾਂ ਸੁਸ਼ੀਲ ਕੁਮਾਰ ਫਰਸਟ ਗਰਲ ਦੀ ਗੱਲ ਕੀਤੀ ਜਾਵੇ ਤਾਂ ਪੀਵੀ ਸਿੰਧੂ ਤੇ ਸੈਕੰਡ ਇੰਡੀਅਨ ਵੀ ਪੀਵੀ ਸਿੰਧੂ ਹੋ ਜਾਂਦੀ ਹੈ ਠੀਕ ਹੈ ਨਾ ਹਰਦਾਰ ਜੀ ਬਹੁਤ ਵਧੀਆ ਕਰੰਟ ਅਫੇਅਰ ਪੜ੍ਹ ਰਹੇ ਮੈਂ ਦੇਖ ਰਿਹਾ ਤੁਹਾਨੂੰ ਸਿਰ ਲਾਇਆ ਹੋਇਆ ਹੈ ਨਨ ਠੀਕ ਹੈ ਇਦਾਂ ਹੀ ਕਰੋ ਇਦਾਂ ਹੀ ਪੜ੍ਹਿਆ ਕਰੋ ਯਾਰ ਤਾਂ ਜੀ ਇਹ ਗੱਲਾਂ ਤੁਹਾਨੂੰ ਦੱਸਤੀਆਂ ਮੈਂ ਠੀਕ ਹੈ ਨਾ सुशील कुमार दी गल होवे फर्स्ट इंडियन जी त दो लगातार मेडल आए त फर्स्ट इंडियन होजुगा ਸਾਡੇ ਸੁਸ਼ੀਲ ਕੁਮਾਰ ਤੇ ਜੇ ਫਰਸਟ ਗਰਲ ਦੀ ਗੱਲ ਕੀਤੀ ਜਾਵੇ ਤ ਫਰਸਟ ਗਰਲ ਹੋਜੂਗੀ ਸਾਡੀ ਪੀਵੀ ਸਿੰਧੂ 2016 ਤੇ 2020 ਦੇ 올림픽ਸ ਚ ਚైనా ਦੇ ਚਲੋ ਇੱਕ ਵਾਰੀ ਇਹ ਪੜ੍ਹ ਲਓ ਮੇਰਾ ਭਾਈ ਚਾਨੂ ਨੂੰ ਵੀ ਸਿਲਵਰ ਮੈਡਲ ਮਿਲਿਆ ਮਨੀਪੁਰ ਤੋਂ ਬਿਲੋਂਗ ਕਰਦੀ ਨੇ ਤੇ ਹੀ ਗੈਟ ਦ ਫਰਸਟ ਮੈਡਲ ਐਟ ਦ ਟੋਕਿਓ 올림픽 ਤੁਹਾਡੇ ਕੋਲ ਸਵਾਲ ਆਊਗਾ ਕਿ ਫਰਸਟ ਮੈਡਲ ਕਿਨੇ ਕਿਨੂੰ ਮਿਲਿਆ ਫਰਸਟ ਮੈਡਲ ਮਿਲਿਆ ਮੇਰਾ ਭਾਈ ਚਾਨੂ ਨੂੰ चानू वन इंडिया का पहला मैडल है टोक्यो ओलंपिक्स आफ्टर क्लिंचिंग सिल्वर इन द फोर्ट नाइन के जी इवेंट तो दिस इज इंडिया फर्स्ट सिल्वर इन वेट लिफ्टिंग एट द ओलंपिक्स अज तक साढ़े कोल्ड वेट लिफ्टिंग सिल्वर मैडल नहीं आया इस तरह इन्हों का आ गया मेरा भाई चानू द फोर्टी नाइन के जी कैटेगरी याद रखनी ठीक है जी चलो दिस बॉज द हिस्टोरिक विन फॉर इंडिया एट दिस 7 ਮੈਡਲ ਆਏ ਨੇ ਆ 골ਡ ਵਾਲੇ ਭਾਜੀ ਆ ਇਹ ਦੋਨੇ সিলਵਰ ਵਾਲੇ ਤੇ ਇਹ ਚਾਰੇ ব্রোঞ্জ ਵਾਲੇ ਨਾ ਨਾ ਸਰਦਾਰ ਜੀ ਸਾਡੀ ਮਿਹਨਤ ਨਹੀਂ ਦੇਖੋ ਮਿਹਨਤਾਂ ਤਾਂ ਤੁਹਾਡੀਆਂ ਨੇ ਦੇਖੋ ਰਿਵੀਜ਼ਨ ਤੁਸੀਂ ਕੀਤੀ ਹੈ बार-बार बार-बार ਤੁਸੀਂ ਪੜਿਆ ਤਾਂ ਹੀ ਤੁਹਾਨੂੰ ਯਾਦ ਨੇ ਗੱਲਾਂ ਠੀਕ ਹੈ ਉਹੀ ਗੱਲ ਆ ਯਾਰ ਮੈਂ ਤਾਂ बार-बार ਕਹਿਣਾ ਕਰਾਂ ਕਰੰਟ ਅਫੇਅਰ ਦਾ ਮਤਲਬ ਹੈ ਰਿਪੀਟਿਡ ਰਿਵੀਜ਼ਨਸ ਤੁਸੀਂ ਕਰੋਗੇ ਤੁਹਾਨੂੰ ਵੀ ਆ ਜੂਗੀ ਕਿਸੇ ਨੂੰ ਵੀ ਕਰੋਗੇ ਯਾਰ ਠੀਕ ਹੈ ਤਾਂ ਜੇ ਇਹ ਕੁਝ ਸਵਾਲ ਨੇ ਛੋਟੇ ਮੋਟੇ ਜੇ ਮੈਂ ਅੱਡਾ ਵਾਲੀ ਸਾਈਡ ਤੋਂ ਚੱਕੇ ਨੇ ਵੀ ਆ ਜਾਂਦੇ ਨੇ ਸਵਾਲ ਕਹਿੰਦੇ ਵਿੱਚ ਟੀਮ ਹੈਜ਼ ਇੰਡੀਆ ਡੀਫੀਟਡ ਟੂ ਰੀਚ ਦਾ ਸੈਮੀਫਾਈਨਲ ਬਹੁਤ ਵਧੀਆ ਕੁਐਸਚਨ ਬਣ ਜਾਂਦਾ ਵੀ ਜਿੱਤੇ ਅਸੀਂ ਠੀਕ ਹੈ ਨੈਦਰਲੈਂਡ ਤੋਂ ਜਿੱਤੇ ਨੇ ਤੇ ਸੈਮੀਫਾਈਨਲ ਆਪਾਂ ਜਿੱਦੜ ਹਾਰੇ ਸੀ ਜਦੋਂ ਕਿਤੋਂ ਹਾਰੇ ਸੀ ਸੌਰੀ ਕਿਹਨੂੰ ਹਰਾ ਕੇ ਪਹੁੰਚੇ ਸੀ ਬ੍ਰਿਟੇਨ ਨੂੰ ਠੀਕ ਹੈ ਹੂ ਵਰ ਦਾ ਫਲੈਗ ਬੀਅਰਰਸ ਫਾਰ ਇੰਡੀਆ ਇਹ ਆਪਾਂ ਦੱਸਤਾ ਬੌਕਸਰ ਨੇ ਮੈਰੀ ਕੌਮ ਤੇ ਖੌਕੀ ਦੇ ਕਪਤਾਨ ਮਨਪ੍ਰੀਤ ਸਿੰਘ ਸਭ ਤੋਂ ਜ਼ਿਆਦਾ ਮੈਡਲ ਅਪ ਟੂ ਡੇਟ ਇਸ ਵਾਰ ਵੀ ਸਭ ਤੋਂ ਜ਼ਿਆਦਾ ਮੈਡਲ ਯੂ ਐਸ ਏ ਦੇ ਨੇ ਤੇ ਪੁੱਛਿਆ ਜਾਵੇ ਕਿ ਅਪ ਟੂ ਡੇਟ ਅੱਜ ਤੱਕ ਕਿੰਨੇ ਸਭ ਤੋਂ ਜ਼ਿਆਦਾ ਮੈਡਲ ਕਿਹਦੇ ਨੇ ਉਹ ਵੀ ਯੂ ਐਸ ਏ ਦੇ ਕਿੰਨੇ ਰਿੰਗ ਨੇ ਪੰਜ ਰਿੰਗ ਕੀ ਸਿੰਬਲਾਈਜ਼ ਕਰਦੇ ਨੇ ਇਹ ਇਹ ਕੰਟੀਨੈਂਟ ਸਿੰਬਲਾਈਜ਼ ਕਰਦੇ ਨੇ ਹੈਨਾ ਪੰਜ ਕੰਟੀਨੈਂਟ ਕਿਹੜੇ-ਕਿਹੜੇ ਸੀਗੇ ਏਸ਼ੀਆ ਸੀਗਾ ਅਫਰੀਕਾ ਸੀਗਾ ਅਮਰੀਕਾ ਸੀਗਾ ਆਸਟ੍ਰੇਲੀਆ ਸੀਗਾ ਤੇ ਯੂਰਪ ਸੀਗਾ ਅੰਟਾਰਕਟਿਕ ਹਨਾ ਨੇ ਨਹੀਂ ਲਏ ਕਿਉਂਕਿ ਉੱਥੇ ਕੋਈ ਰਹਿੰਦਾ ਨਹੀਂ ਤੇ ਇਹਨਾਂ ਨੇ ਸਾਊਥ ਅਮਰੀਕਾ ਤੇ ਨਾਰਥ ਅਮਰੀਕਾ ਨੂੰ ਇੱਕ ਕਰ ਲਿਆ ਸੀ ਠੀਕ ਹੈ ਚਲੋ ਅੱਗੇ ਚੱਲਦੇ ਆ ਤਾਂ ਜੀ ਇਹ ਥੋੜੀ ਜੀ ਗੱਲ ਤੁਸੀਂ ਯਾਦ ਰੱਖਣੀ ਹੈ ਨੀ ਰਚੋਪੜਾ ਜੀ ਜੈਵਲਿਨ ਖੇਡਦੇ ਨੇ ਫਰੋਂ ਹਰਿਆਣਾ 골ਡ ਮੈਡਲ ਇਹ ਸਟੇਟਾਂ ਯਾਦ ਕਰ ਲਓ 올림픽ਸ ਵਾਲਿਆਂ ਦੀ ਘਟੋ ਘਟ ਹੋਰ ਤਾਂ ਬਾਕੀ ਹੋ ਗਈ ਪੈਰਾ 올림픽ਸ ਕਾਫੀ ਜ਼ਿਆਦਾ ਮੈਡਲ ਨੇ ਔਰ ਚੇਤੇ ਕਰਨੀ ਤੁਹਾਨੂੰ ਵੀ ਔਖੀਆਂ ਨੇ ਮੈਨੂੰ ਵੀ ਔਖੀਆਂ ਨੇ ਇਹ ਚੇਤੇ ਕਰਨੀ ਹੈ 올림픽ਸ ਵਾਲੀ ਪੱਕਾ ਕਿੱਥੋਂ ਨੇ ਜੈਵਲਿਨ ਥਰੋ ਹਰਿਆਣਾ ਤੋਂ 87.58 ਮੀਟਰ ਠੀਕ ਹੈ ਨਾ ਫਿਰ ਮੀਰਾ ਬਾਈ ਚਾਨੂ 49 ਕਿਜੀ ਇਹ ਕੀ ਕਰਦੀ ਹੈ ਵੇਟ ਲਿਫਟਿੰਗ ਕਰਦੀ ਹੈ ਮਣੀਪੁਰ ਤੋਂ ਨੇ ਸਿਲਵਰ ਮੈਡਲ ਆ ਇਹਨਾਂ ਦਾ ਰਵੀ ਕੁਮਾਰ ਦਈਆ 57 ਕਿਜੀ ਇਹਨਾਂ ਦੀ ਰੈਸਲਿੰਗ ਹੈ ਇਹ ਹਰਿਆਣਾ ਤੋਂ ਨੇ ਇਹਨਾਂ ਦਾ ਸਿਲਵਰ ਮੈਡਲ ਆ ਲਵਲੀਨਾ ਬੋਰਗੋਹੈਨ ਅਸਮ ਤੋਂ ਬਿਲੋਂਗ ਕਰਦੀ ਹੈ ਅੱਛਾ ਅਸਮ ਤੋਂ 64 69 ਕਿਜੀ ਬਾਕਸਿੰਗ ব্রੌਂਜ਼ ਮੈਡਲ ਪੀਵੀ ਸਿੰਧੂ बैडमिंटਨ ਤੇਲੰਗਨਾ ਤੋਂ ਬਿਲੋਂਗ ਕਰਦੀ ਹੈ ਤੇ ব্রੌਂਜ਼ ਮੈਡਲ ਇਹਨਾਂ ਦਾ ਵੀ ਬਜਰੰਗ ਪੂਨੀਆ 65 ਕਿਜੀ ਰੈਸਲਿੰਗ ਹਰਿਆਣਾ ਤੋਂ ব্রੌਂਜ਼ ਮੈਡਲ ਤੇ ਹਾਕੀ ਹਾਕੀ ਤੁਹਾਨੂੰ ਪਤਾ ਹੀ ਹੈ ਇੰਡੀਆ ਲਾਸਟ ਟਾਈਮ ਜਿੱਤੇ ਸੀ ਅਸੀਂ 1980 ਵਿੱਚ ਕਿਹੜੇ ਵਾਲੇ 올림픽 ਸੀਗੇ ਉਹ ਮਾਸਕੋ ਮਾਸਕੋ ਕਿੱਥੇ ਹੈ ਰਸ਼ੀਆ ਵਿੱਚ ਤੇ ਹੁਣ 41 21 41 ਸਾਲ ਬਾਅਦ ਅਸੀਂ ਜਿੱਤੇ ਹਾਂ 2021 ਵਿੱਚ ਕਿਹੜਾ ਮੈਡਲ ਜਿੱਤੇ ਬ੍ਰੌਂਜ਼ ਬ ਬਹੁਤ ਧੰਨਵਾਦ ਭਾਈ ਪੰਜਾਬ ਪੋਜਿਟਿਵ ਵਾਇਬਸ ਬਸ ਇਦਾਂ ਹੀ ਬਣੇ ਰਹੇ ਕਰੋ ਕਲਾਸਾਂ 'ਚ ਤੇ ਸ਼ੇਅਰ ਸ਼ੇਅਰ ਕਰਦੇ ਰਹਾ ਕਰੋ ਹੋਰ ਕੀ ਹੈ ਠੀਕ ਹੈ ਜੀ ਇਹ ਗੱਲਾਂ ਇੱਕ ਵਾਰ ਨੋਟ ਕਰ ਲਓ ਮੈਂ ਤਾਂ ਕਹਿੰਨਾ ਪੀਡੀਐਫ ਆਉਗੀ ਤੁਹਾਡੇ ਕੋਲ ਆਉਗੀ ਇੱਕ ਵਾਰ ਇਹਦਾ ਸਕਰੀਨਸ਼ਾਟ ਜ਼ਰੂਰ ਲੈ ਲਓ ਮੇਰੇ ਕਹੇ ਮੇਰੇ ਕਹੇ ਤੇ ਲੈ ਲਓ ਸਕਰੀਨਸ਼ਾਟ ਇਹਦਾ ਠੀਕ ਹੈ ਮੇਰੇ ਕਹੇ ਤੇ ਇੱਕ ਵਾਰ ਸਕਰੀਨਸ਼ਾਟ ਲੈ ਲਓ ਇਹਦਾ ਇਹ ਕਿਉਂਕਿ ਪੇਪਰ ਚੰਨ ਦੀ ਪੂਰੀ ਪੂਰੀ ਉਮੀਦ ਹੈ ਮੇਰੇ ਅਕੋਰਡਿੰਗ ਚਲੋ ਹੁਣ ਚੱਲਦੇ ਲੈ ਲਿਆ ਹੋਇਆ ਹੈ ਹੋਪ ਹੈ ਨਾ ਚਲੋ ਤਾਂ ਜੀ ਇਹ ਕੁਝ sport ਸੀਗੇ ਜਿਹੜੇ ਹੁਣ ਪਹਿਲੀ ਪਹਿਲੀ ਵਾਰ ਹੋਏ ਸੀਗੇ ਇਸ ਵਾਰੀ ਪਹਿਲੀ ਪਹਿਲੀ ਵਾਰ ਹਰ ਵਾਰ ਹੁੰਦੇ ਕੁਝ ਨਵੇਂ sport ਇੱਕ ਹੋਇਆ 3 ਇੰਟੂ 3 ਬਾਸਕਟਬਾਲ ਵੈਸੇ 5 ਇੰਟੂ 5 ਹੁੰਦੀ ਹੈ ਬਾਸਕਟਬਾਲ ਪੰਜ ਬੰਦੇ ਇੱਕ ਟੀਮ ਚ ਹੁਣ ਇਸ ਵਾਰੀ ਹੋਏ 3 1 2 3 4 5 6 ਉਹ ਉੱਥੇ ਖੜਾਉਣਾ ਕਿਤੇ ਇੱਕ ਹੋਇਆ ਕਿ ਮੈਡੀਸਨ ਸਾਈਕਲਿੰਗ ਹੋਇਆ ਫ੍ਰੀ ਸਟਾਈਲ ਬੀ ਐਮ ਐਕਸ ਮਤਲਬ ਕਿ ਇਹ ਹੁੰਦਾ ਇਹਨੂੰ ਕਹਿੰਦੇ ਆਪਾਂ ਬੀ ਐਮ ਐਕਸ ਇਹ ਸਾਈਕਲ ਦੀ ਪੁੱਠੀ ਨਹੀਂ ਕਰਦੇ ਹੁੰਦੇ ਇਹਨੂੰ ਕਹਿੰਦੇ ਆਪਾਂ ਬੀ ਐਮ ਐਕਸ ਫਿਰ ਸਰਫਿੰਗ ਤੁਹਾਨੂੰ ਪਤਾ ਹੀ ਹੈ ਪਾਣੀ ਦੇ ਜਿਹੜੇ ਵੇਵ ਚ ਹ ਵਾਲ ਕਲਾਈਮਿੰਗ ਕਹ ਲੋ ਕਿ ਨਹੀਂ ਸਪੋਰਟਸ ਕਲਾਈਮਿੰਗ ਨਾਮ ਤੇ ਸਕੈਟ ਬੋਰਡਿੰਗ ਤੁਹਾਨੂੰ ਪਤਾ ਹੀ ਹੈ ਸਕੈਟ ਬੋਰਡਿੰਗ ਦਾ ਐਦਾਂ ਦਾ ਬੋਰਡ ਹੁੰਦਾ ਟਾਇਰ ਹੁੰਦੇ ਹਨਾ ਇਸ ਸਕੋਟ ਬੋਰਡ ਤੇ ਮੋਰਓਵਰ ਸੌਫਟਬਾਲ ਐਂਡ ਬੇਸਬਾਲ ਹੈਵ ਮੇਡ ਅ ਕਮਬੈਕ ਟੂ ਦਾ 올림픽ਸ ਇਨ 2008 ਮਤਲਬ ਕਿ 2008 ਦੇ ਬੀਜਿੰਗ 올림픽ਸ ਵਿੱਚ ਉਹ ਤੋਂ ਬਾਅਦ ਸੌਫਟਬਾਲ ਤੇ ਬੇਸਬਾਲ ਨਹੀਂ ਹੋਏ ਸੀ ਯਾਨੀ ਕਿ 2012 ਤੇ 2016 ਵਾਲੇ 올림픽ਸ ਵਿੱਚ ਨਹੀਂ ਹੋਏ ਸੀ ਤੇ ਹੁਣ 2020 ਵਾਲੇ ਮਤਲਬ 21 ਵਾਲੇ ਵਿੱਚ ਸੌਫਟਬਾਲ ਤੇ ਬੇਸਬਾਲ ਵੀ ਹੋਏ ਨੇ ਠੀਕ ਹੈ ਚਲੋ ਓਲੰਪਿਕ ਦਾ ਮੋਟੋ ਮੋਟੋ ਜਿਹੜਾ ਆਪਾਂ ਕਹਿੰਦੇ ਆ ਇਹਨਾਂ ਦਾ ਸਲੋਗਨ ਕਹਿ ਲਓ ਫਾਸਟਰ ਹਾਇਰ ਸਟਰੋਂਗਰ ਸੀਗਾ ਪਹਿਲਾਂ ਫਿਰ ਉਹ ਤੋਂ ਬਾਅਦ ਤੁਹਾਨੂੰ ਪਤਾ ਕੋਵਿਡ ਹੋ ਗਿਆ ਤਾਂ ਇਹਨਾਂ ਨੇ ਬਸ ਥੋੜਾ ਜਿਹਾ ਸੋਲਿਡੈਰਿਟੀ ਦਿਖਾਣ ਲਈ ਫਾਸਟਰ ਹਾਇਰ ਸਟਰੋਂਗਰ ਟੁਗੇਦਰ ਵੀ ਆਪਾਂ ਇਹਦੇ ਵਿੱਚ ਇਕੱਠੇ ਆ ਸਾਰੀ ਦੁਨੀਆ ਇਕੱਠੀ ਆ ਦਿਸ ਚੇਂਜ ਇਨ ਦਾ ਮੋਟੋ ਵਾਸ ਏਮ ਟੂ ਸ਼ੋ ਸੋਲਿਡੈਰਿਟੀ ਐਟ ਦਾ ਟਾਈਮ ਵੈਨ ਦਾ ਐਂਟਾਇਰ ਵਰਲਡ ਸਫਰਡ ਅੰਡਰ ਦਾ ਗ੍ਰਿਪ ਆਫ ਕੋਵਿਡ-19 ਸਿੱਧੀ ਜੀ ਗੱਲ ਹੈ ਤੇ ਦ ਨਿਊ ਮੋਟੋ ਇਨ ਦਾ ਲੈਟਿਨ ਵਰਜਨ ਕੁਡ ਬੀ ਸੀਟੀਐਸ ਐਲਟੀਐਸ ਫੋਰਟੀਐਸ ਕਮਿਊਨਿਟਰ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਵੀ ਵੈਸੇ ਟੋਕੀਓ 올림픽 ਦਾ ઓ ਕੀ ਹੈ ਮੋਟੋ ਕੀ ਹੈ OS CTS LTS 40s ਬਟ ਇਸ ਵਾਰੀ ਲਾਟਿਨ ਵਰਜਨ ਵਿੱਚ ਕੀ ਬਣਦਾ ਤਾਂ ਉਹ ਬਣ ਜਾਂਦਾ ਜੀ CTS LTS 40s ਕਮਿਊਨਿਟਰ ਇਹ ਦੇਖੋ ਇਹ ਚੀਜ਼ ਤੁਹਾਨੂੰ ਮੈਂ ਲਿਖ ਕੇ ਦੇ ਦਿੰਨਾ ਤੁਹਾਨੂੰ ਕੋਈ ਨਹੀਂ ਕਰਾਊਗਾ ਪੂਰੇ YouTube ਤੇ ਛਾਣ ਮਾਰੋ ਇਹ ਜੇ ਚੀਜ਼ ਕਿਸੇ ਨੇ ਕਰਾਈ ਹੋਵੇ ਮੈਂ ਕੱਲ ਛੱਡ ਦਪੜਾਣਾ ਠੀਕ ਹੈ ਜੀ ਚਲੋ ਹੁਣ اگੀ ਵਾਰੀ ਜੀ ਟੋਕੀਓ ਪੈਰਾ ਲੀਮਪਿਕਸ ਦੀ ਵਾਰੀ ਆ ਗਈ ਕਿਸੇ ਨੂੰ ਹੁਣ ਤੱਕ ਕੋਈ ਵੀ ਡਾਊਟ ਹੋਵੇ ਇੱਕ ਵਾਰ ਪੁੱਛ ਲੇ ਮੈਥੋਂ ਜੇ ਕਿਸ ਨੂੰ ਹੈਡ ਆਊਟ हाँ जी चलो अगर चलते हैं फिर यह होगी पैरालंपिक पता ही है यलंपिक्स खत्म होने हुई ये तो बाद एते देखो ये तो सी टी एस एल टी एस फोर टू सीकुएस करना ही पैना ये तो बस कर लो सी एफ याद कर लो सी टी एस एल टी एस फोर टीएस फिर कॉमीनेटर क्योंकि अगे की जुड़ गया अगे जुड़ गया टुगैदर जुड़ गया टुगेदर इन्हें बस कमीनेटर होंगे लैटिन ਓਏ ਯਾਰ ਐਦਾਂ ਤੁਹਾਨੂੰ ਲੱਗ ਰਿਹਾ ਦੋ ਤਿੰਨ ਵਾਰੀ ਸੀਟੀ ਐਲਟੀ 40 ਕੁਝ ਵੀ ਕਰ ਲਓ ਯਾਰ ਆਪਾਂ ਯਾਰ ਮੈਂ ਬਾਰ ਬਾਰ ਕੀ ਕਰਨਾ ਸਾਨੂੰ ਕੀ ਆ ਸੀ ਤਬਰ ਪਾਣੀ ਕੱਢਣਾ ਅਮੇ ਕੋਲ ਤੋਂ ਪਾਣੀ ਨਿਕਾਲਣਾ ਹੈ ਸੀਟੀ ਐਲਟੀ 40 ਕਰ ਲਓ ਜੋ ਕਰਨਾ ਤੁਸੀਂ ਕਰ ਲਓ ਕਾਫ ਕਰ ਲਓ ਕਾਫ ਦੀ ਸਪੈਲਿੰਗ ਕੀ ਹੁੰਦੀ ਹੈ ਸੀ ਏ ਐਲ ਐਫ ਹੁੰਦੀ ਹੈ ਨਾ ਬਸ ਉਹਦੇ ਵਿੱਚ ਐਲ ਹੈ ਨਹੀਂ ਕਾਫ ਹੋ ਗਿਆ ਬਸ ਐਦਾਂ ਯਾਦ ਕਰ ਲਓ ਹਾਂਜੀ ਮਤਲਬ ਤਾਂ ਅੱਗੇ ਪਿੱਛੇ ਹੋ ਹੀ ਜਾਵੇਗਾ ਬਟ ਯਾਰ ਆਪਸ਼ਨ ਜੇ ਤੁਹਾਡੇ ਤੁਹਾਨੂੰ ਜੇ ਪਜ਼ਲ ਕਰਨਾ ਹੈ ਤਾਂ ਅੱਗੇ ਪਿੱਛੇ ਹੀ ਕਰ ਸਕਦਾ ਠੀਕ ਹੈ カラー वाइज कॉन्टिनेंट नहीं याद करने नहीं अजय कुमार कलर वाइज कॉन्टिनेंट नहीं याद करने कोई थड़ू ए नहीं पूछोगे कि एशिया ਦਾ ਕਲਰ ਕਿਹੜਾ ਹੈ ਠੀਕ ਹੈ ਚਲੋ ਹੁਣ ਆਪਾਂ ਗੱਲ ਕਰਦੇ ਪੈਰਾ ਲੀਮਪਿਕਸ ਬਾਰੇ ਤਾਂ ਪੈਰਾ ਲੀਮਪਿਕਸ ਦੇਖ ਲਓ ਤਾਂ ਜਿਸਪੋਰਟ ਫॉर ਐਥਲੀਟ ਹੈ ਫॉर ਇੰਪੇਅਰਮੈਂਟ ਹੈਜ਼ ਐਕਜ਼ਿਸਟਿਡ ਸਿੱਧੀ ਜੀ ਗੱਲ ਦੱਸਦਾ 100 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਪਹਿਲਾ ਸਪੋਰਟ ਕਲੱਬ ਫॉर द ਡੈਫ ਆਲਰੇਡੀ ਐਗਜ਼ਿਸਟਿਡ ਇਨ ਐਗਜ਼ਿਸਟੈਂਟ ਇਨ 1888 ਇਨ ਬਰਲਿਨ ਮੈਂ ਐਕਚੁਅਲੀ YouTube ਤੇ ਦੇਖਿਆ ਕਿਸੇ ਨੇ ਨਹੀਂ ਕਰਾਇਆ ਵੀ ਪੈਰਾ ਲੀਮਪਿਕਸ ਸ਼ੁਰੂ ਕਦੋਂ ਹੋਏ ਕੀ ਲੋਡ ਪੈ ਗਈ ਦੀ ਸ਼ੁਰੂ ਕਰਨ ਦੀ ਤਾਂ ਮੈਂ ਕਰਾ ਰਿਹਾ ਅੱਜ ਇਹ ਸਿਰਫ ਤੁਹਾਨੂੰ ਧਿਆਨ ਰੱਖਣੇ ਆ ਮਤਲਬ ਪੜ੍ਹਨਾ ਇੱਕ ਵਾਰ ਤੁਹਾਨੂੰ ਤੁਹਾਨੂੰ ਯਾਦ ਨਹੀਂ ਰੱਖਣੇ ਠੀਕ ਹੈ ਤਾਂ ਜੀ ਇਟ ਵਾਸ ਨਾਟ ਅੰਟਿਲ ਆਫਟਰ ਵਰਲਡ ਵਾਰ 2 ਹਾਊਐਵਰ ਦੈਟ ਇਟ ਵਾਸ ਵਾਈਡਲੀ ਇੰਟਰੋਡਿਊਸ ਥੇ ਪਰਪਸ ਆਫ ਇਟ ਵਾਸ ਐਸੀਗਾ ਜਿੰਨੇ ਵੀ ਵਾਰ ਵੈਟਰਨ ਸੀ ਕਿ ਸਿਵਿਲਿਅਨ ਸੀ ਕਿ ਜਿਹੜੇ ਇੰਜਰ ਹੋਏ ਸੀ ਵਾਰ ਟਾਈਮ ਦੇ ਵੇਲੇ ਉਹਨਾਂ ਲਈ ਇਹ ਨਾਲ ਸ਼ੁਰੂ ਕਿਹਾ ਸੀ ਕਹਿੰਦੇ ਆਪਾਂ ਪੈਰਾ ਲੀਮਪਿਕ ਗੇਮਸ ਆਪਾਂ ਸ਼ੁਰੂ ਕਰਦੇ ਆ ਠੀਕ ਹੈ ਇੱਕ ਮਿੰਟ ਹਾਂਜੀ ਤਾਂ ਇਹਨਾ ਮੋਸਟਲੀ ਇਹੀ ਸੀ ਮੋਸਟਲੀ ਇਹਨੇ ਕਿਹਾ ਕਿ ਸੀ ਕਿ ਜਿਹੜੇ ਵਰਲਡ ਵਾਰ 2 ਦੇ ਟਾਈਮ ਵਰਲਡ ਵਾਰ 2 ਦੇ ਟਾਈਮ ਜਿੰਨੇ ਵੀ ਵਾਰ ਵੈਟਰਨ ਨੇ ਸਿਵਿਲিয়ান ਜਿਹੜੇ ਇੰਜਰ ਹੋਏ ਉਹਨਾਂ ਲਈ ਆਪਾਂ ਖੇਡ ਸ਼ੁਰੂ ਕਰਦੇ ਆ ਤੇ ਇਨ 1944 ਰਿਕਵੈਸਟ ਆਫ ਦ ਬ੍ਰਿਟਿਸ਼ ਗਵਰਨਮੈਂਟ ਡਾਕਟਰ ਲੁਡਵਿਗ ਗਟਮੈਨ ਏਨਾ ਯਾਦ ਰੱਖਿਓ ਡਾਕਟਰ ਲੁਡਵਿਗ ਗਟਵਨ ਓਪਨਡ ਅ ਸਪਾਇਨਲ ਇੰਜਰੀ ਸੈਂਟਰ ਐਟ ਸਟੋਕ ਵੈਂਡਵਿਲ ਹਸਪੀਟਲ ਨਹੀਂ ਯਾਦ ਕਰਨਾ ਕੁਝ ਐਂਡ ਇਨ ਟਾਈਮ ਰੀਹੈਬਿਲਿਟੇਸ਼ਨ ਸਪੋਰਟ ਇਵੋਲਡ ਟੂ ਰੀਕ੍ਰੀਏਸ਼ਨਲ ਸਪੋਰਟ ਐਂਡ ਦੈਨ ਟੂ ਕੰਪੀਟੀਟਿਵ ਸਪੋਰਟ ਤਾਂ ਜੀ ਹੋਇਆ ਕਿ 1944 ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਰਿਕਵੈਸਟ ਤੇ ਇਹਨਾਂ ਨੇ ਇੱਕ ਸਪਾਇਨਲ ਇੰਜਰੀ ਸੈਂਟਰ ਸ਼ੁਰੂ ਕੀਤਾ ਸੀ ਉਹਦੇ ਵਿੱਚ ਇਹਨਾਂ ਨੇ ਕੁਝ ਰੀਹੈਬਿਲਿਟੇਸ਼ਨ ਸਪੋਰਟ ਹੁੰਦੇ ਜਿਹੜੇ ਰਿਕਵਰ ਕਰਨ ਵੇਲੇ ਆਪਾਂ ਸਪੋਰਟ ਖੇਡਦੇ ਆ ਉਹ ਨਾਲ ਨਾਲ ਹੋ ਗਿਆ ਵੀ ਆਪਾਂ ਚਲੋ ਟਾਈਮ ਪਾਸ ਲਈ ਫਿਰ ਇਦਾਂ ਇਦਾਂ ਅੱਛਾ ਕਿਹੜੇ ਕਿਹੜੇ ਕੋਚ ਸੀ ਕੋਚ ਉਹ ਯਾਰ ਦੱਸ ਗਿਆ ਅਸ਼ੋਕ ਕੁਮਾਰ ਹੈ ਉਹਨਾਂ ਦਾ ਨਾਮ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਹੈ ਸਰਦਾਰ ਜੀ ਨਾਮ ਉਹਨਾਂ ਦਾ ਤੁਸੀਂ ਪੁੱਛ ਰਹੇ ਰੈਫਰੀ ਕੌਣ ਸੀ ਅਸ਼ੋਕ ਕੁਮਾਰ ਰੈਸਲਿੰਗ ਦੇ ਰੈਫਰੀ ਸੀਗੇ ਉਹ ਠੀਕ ਹੈ ਚਲੋ ਤੇ ਸਟੋਕ ਮੈਂਡੇਵਿਲ ਗੇਮਸ ਇਹਨਾਂ ਨੇ ਜਦੋਂ ਸ਼ੁਰੂ ਕੀਤੇ ਸੀਗੇ ਇਹ ਹਸਪੀਟਲ ਵਿੱਚ ਸ਼ੁਰੂ ਹੋਏ ਸੀਗੇ ਨਾ ਇਹ ਤਾਂ 29 ਜੁਲਾਈ ਨੂੰ ਦਾ ਡੇ ਆਫ ਓਪਨਿੰਗ ਸੈਰੇਮਨੀ ਉਹ ਹੋ ਗਈ ਉਸ ਦਿਨ ਸੀ ਕਿ ਲੰਡਨ 1948 ਦੀ ਤੇ ਇਹਨਾਂ ਨੇ ਆਰਗੇਨਾਈਜ਼ ਕੀਤਾ ਪਹਿਲਾ ਕੰਪੀਟੀਸ਼ਨ ਫਾਰ 휠 ਚੇਅਰ ਐਥਲੀਟਸ ਵਿੱਚ ਹੀ ਨੇਮ ਦ ਸਟੋਕ ਮੈਂਡੇਵਿਲ ਗੇਮਸ ਅ ਮਾਈਲਸਟੋਨ ਇਨ ਪੈਰਾ ਲੀਮਪਿਕ ਹਿਸਟਰੀ ਇਹ ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਅ ਮਾਈਲਸਟੋਨ ਇਨ ਪੈਰਾ ਲੀਮਪਿਕ ਹਿਸਟਰੀ ਕਹਾਤਾ ਤਾਂ ਜੀ ਪਹਿਲੀ ਗੇਮ ਕਿਹੜੀ ਖੜਾਈ ਸੀ ਜੇ ਤੁਹਾਨੂੰ ਪੁੱਛਿਆ ਜਾਵੇ ਸਟੋਕ ਮੈਂਡੇਵਿਲ ਗੇਮਸ ਬਾਰੇ ਤਾਂ ਪਹਿਲੀ ਗੇਮ ਖੜਾਈ ਸੀ 휠 ਚੇਅਰ ਐਥਲੀਟ ਦਿਸ ਇਨਵੋਲਵਡ 16 ਇੰਜਰਡ ਸਰਵਿਸਮੈਨ ਐਂਡ ਔਰਤਾ ਔਰਤਾਂ ਹੂ ਟੁਕ ਪਾਰਟ ਇਨ ਆਰਚਰੀ ਠੀਕ ਹੈ ਜੀ ਚਲੋ ਫਿਰ ਉਸ ਤੋਂ ਬਾਅਦ ਸਟੋਕ ਮੈਂਡਵਿਲ ਗੇਮ ਬਾਅਦ ਚ ਬਣ ਕੇ ਪੈਰਾਲੰਪਿਕ ਗੇਮ ਵਿਚ ਫਸਟ ਟੁਕ ਪਲੇਸ ਇਨ ਰੋਮ ਇਟਲੀ 1960 ਆ ਲੋ ਜੀ ਤੁਹਾਡੇ ਕੋਲ ਸਵਾਲ ਆ ਗਿਆ ਵੀ ਪਹਿਲੇ ਪੈਰਾਲੰਪਿਕ ਗੇਮਸ ਕਦੋਂ ਹੋਏ ਸੀ ਪਹਿਲੇ ਪੈਰਾਲੰਪਿਕਸ ਗੇਮਸ ਹੋਏ ਜੀ ਰੋਮ ਵਿੱਚ ਹੋਏ 1960 ਵਿੱਚ ਹੋਏ ਠੀਕ ਹੈ 1960 ਵਿੱਚ ਹੋਏ ਪਹਿਲੇ ਪੈਰਾ ਲੀਮਪਿਕਸ ਗੇਮ ਫਰਸਟ ਪੈਰਾ ਲੀਮਪਿਕਸ ਗੇਮ ਤੇ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਵੈਸੇ ਸਟਾਰਟ ਕਦੋਂ ਹੋਏ ਵੈਸੇ ਸਟਾਰਟ ਹੋਈ ਸੀ 1948 ਵਿੱਚ ਇਹਨਾਂ ਦਾ ਪੁਰਾਣਾ ਨਾਮ ਪੁੱਛ ਸਕਦੇ ਵੀ 올ਡ ਨੇਮ ਕੀ ਸੀ ਉਹ ਸੀਗਾ ਸਟੋਕ ਮੈਂਡੇਵਿਲ ਗੇਮਸ ਤੇ ਸਟੋਕ ਮੈਂਡੇਵਿਲ ਗੇਮਸ ਕਿਉਂ ਸੀ ਕਿਉਂਕਿ ਹਸਪੀਟਲ ਦਾ ਨਾਮ ਸੀ ਸਟੋਕ ਮੈਂਡੇਵਿਲ ਜਿੱਥੋਂ ਇਹ ਸਪੋਰਟ ਸ਼ੁਰੂ ਹੋਇਆ ਤੇ ਸਿੱਧੀ ਜੀ ਗੱਲ ਹੈ ਸਪੋਰਟ ਕਿੱਥੋਂ ਸ਼ੁਰੂ ਹੋਇਆ ਗ੍ਰੇਟ ਬ੍ਰਿਟੇਨ ਤੋਂ ਯੂਕੇ ਤੋਂ ਸ਼ੁਰੂ ਹੋਇਆ ਵੈਸੇ 올ੀਮਪਿਕਸ ਕਿੱਥੋਂ ਸ਼ੁਰੂ ਹੋਇਆ ਸੀ 올ੀਮਪਿਕਸ ਹੋਇਆ ਸੀ ਐਥेंस ਤੋਂ ਯਾਦ ਹੈ ਨਾ ਐਥੈਂਸ ਤੋਂ 1896 ਵਿੱਚ ਹੈ ਨਾ ਇਹ ਗੱਲਾਂ ਚਿੱਤ ਰੱਖਣੀਆਂ ਗੇਮਾ ਨੂੰ ਮੈਂ ਨਹੀਂ ਪਤਾ ਯਾਰ ਮੈਨੂੰ ਮੰਨੂ ਚੋਹਾਨ ਇਹ ਨਹੀਂ ਪਤਾ ਯਾਰ ਮੈਨੂੰ ਕਿੰਨੀਆਂ ਗੇਮਾਂ ਕਰਾਈ ਜਾਂਦੀਆਂ ਯਾਰ ਇਜੀ ਟੈਨਸ਼ਨ ਨਾਲੋ ਦੇਖੋ ਜੇ ਤੁਹਾਡਾ ਜੇ ਤੁਹਾਡਾ ਪੇਪਰ ਪਾਸ ਹੈ ਤੁਹਾਨੂੰ ਜੁਆਇਨਿੰਗ ਪੱਕਾ ਮਿਲੂਗੀ ਮਿਲੂਗੀ ਯਾਰ ਠੀਕ ਹੈ ਫਿਰ ਇਨ 1976 ਪਹਿਲੇ ਵਿంటర్ ਗੇਮਸ ਹੋਏ ਜਿਹੜੇ ਪੈਰਾਓਲੰਪਿਕ ਦੀ ਹਿਸਟਰੀ ਵਿੱਚ ਹੋਏ ਉਹ ਸਵੀਡਨ ਵਿੱਚ ਹੋਏ ਤੇ ਹਰ ਉਤ ਤੋਂ ਬਾਅਦ ਹਰ ਸਾਲ ਹੋਇਆ ਪੈਰਾਓਲੰਪਿਕਸ ਗੇਮ ਤੇ ਇਹਦੀ ਵੀ ਕਲੋਜ਼ਿੰਗ ਤੇ ਓਪਨਿੰਗ ਸੈਰੇਮਨੀ ਹੁੰਦੀ ਹੈ ਤੇ ਸਿንስ ਉਹ ਤੁਹਾਨੂੰ ਇੱਕ ਗੱਲ ਦੱਸਣਾ ਭੁੱਲ ਗਿਆ ਮੈਂ ਓਲੰਪਿਕਸ ਦੀ ਓਲੰਪਿਕਸ ਦੀ ਕਲੋਜ਼ਿੰਗ ਸੈਰੇਮਨੀ ਦੇ ਜਿਹੜੇ ਫਲੈਗ ਬੇਰਰ ਹੈ ਉਹਨਾਂ ਦਾ ਨਾਮ ਹੈ ਬਜਰੰਗ ਪੂਨੀਆ ਕਲੋਜ਼ਿੰਗ ਸੈਰੇਮਨੀ ਦੇ ਫਲੈਗ ਬੇਰਰ ਨੇ ਬਜਰੰਗ ਪੂਨੀਆ ਇਹ ਦੱਸਣਾ ਭੁੱਲ ਗਿਆ ਸੀ ਮੈਂ ਓਲੰਪਿਕਸ ਦੀ ਦੁਬਾਰੇ ਕਹਿ ਰਿਹਾ ਮੈਂ ਓਲੰਪਿਕਸ ਦੀ ਕਲੋਜ਼ਿੰਗ ਸੈਰੇਮਨੀ ਤੇ ਫਲੈਗ ਬੇਰਰ ਸੀਗੇ ਬਜਰੰਗ ਪੂਨੀਆ ਠੀਕ ਹੈ ਫਿਰ ਤੇ ਹੈਵ ਆਲਸੋ ਟੇਕਨ ਵਾਈਟ ਦ ਸੇਮ ਟੂ ਡੂ ਦੈਮ ਇਨ ਦ ਲੰਪੀ ਬਸ ਬਸ ਠੀਕ ਹੈ ਹੋਰ ਕੁਝ ਨਹੀਂ ਤੁਹਾਨੂੰ ਪੜਨ ਲਈ ਇਹੀ ਐਬੀਡੀ ਜਿਹੜੀ ਗੱਲਾਂ ਸੀ 1948 ਵਿੱਚ ਪਹਿਲੇ ਕਿਹੜੇ ਹੋਏ ਸਟੋਕਸ ਮੈਂਡੇਵਿਲ ਗੇਮਸ ਹੋਏ ਤੇ ਪਹਿਲਾ ਪੈਰਾ ਲੀਮਪਿਕਸ ਕਦੋਂ ਹੈ 1960 ਵਿੱਚ ਰੋ ਮਿਟਲੀ ਵਿੱਚ ਹੋਇਆ ਸ਼ੁਰੂ ਕਿੱਥੇ ਹੋਏ ਨੇ ਗ੍ਰੇਟ ਬ੍ਰਿਟੇਨ ਤੋਂ ਹੋਏ ਨੇ ਯੂਕੇ ਤੋਂ ਸ਼ੁਰੂ ਹੋਏ ਨੇ ਗ੍ਰੇਟ ਬ੍ਰਿਟੇਨ ਹੀ ਲਿਖੋ ਯੂਕੇ ਨਾਲ ਲਿਖੋ ਗ੍ਰੇਟ ਬ੍ਰਿਟੇਨ ਤੋਂ ਸ਼ੁਰੂ ਹੋਏ ਨੇ ਠੀਕ ਹੈ ਜੀ ਪਹਿਲੀ ਗੇਮ ਕਿਹੜੀ ਸੀ ਉਹਨੇ ਖੜਾਈ ਸੀ ਜਿਹੜੀ ਕਹਿੰਦਾ ਕਿ व्हीਲ ਚੇਅਰ ਰੇਸ ਹੈ ਨਾ व्हीਲ ਚੇ India at Paralympics 20 ਦੀ ਗੱਲ ਕਰਦੇ ਆਂ ਇੰਡੀਆ ਨੇ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਕੰਟੀਨੈਂਟ ਭੇਜਿਆ 54 ਪੈਰਾਥਲੀਟਸ ਭੇਜੇ ਸੀ ਕਿ 54 54 at Tokyo Paralympics to compete across as many as 9 sporting disciplines ਆਪਣੇ ਜਿਹੜੇ ਸੀਗੇ 54 ਸੀਗੇ ਉਹ 9 ਖੇਡਾਂ ਵਿੱਚ ਖੇਡੇ ਸੀ 9 sports ਉਹਨਾਂ ਨੇ ਖੇਡੇ ਸੀਗੇ ਇਹ ਤੋਂ ਪਹਿਲਾਂ India had won a total of 12 Paralympic medals since making its first appearance at the Paralympics in 1968 ਮਨ ਲਓ ਤੁਸੀਂ ਦੇਖ ਰਹੇ ਹੋ ਇਹ ਤੋਂ ਪਹਿਲਾਂ ਅੱਜ ਤੱਕ ਜਿਨਨੇ ਵੀ ਪੈਰਾ ਲੀਮਪਿਕਸ ਖੇਡੇ ਅਸੀਂ ਉਹਦੇ ਵਿੱਚ ਸਾਨੂੰ ਟੋਟਲ ਮੈਡਲ ਹੀ ਮਿਲੇ ਆ 12 ਤੇ ਇਸ ਸਾਲ ਕਿੰਨੇ ਮਿਲੇ ਦੇਖਦੇ ਆ ਅੱਗੇ ਤੇ ਇੰਡੀਅਨ ਥੀਮ Song ਆਫ ਪੈਰਾ ਲੀਮਪਿਕ 2020 ਕਰਦੇ ਕਮਾਲ ਤੁਸੀਂਗਾ ਦਾ ਕੰਪੋਜ਼ਰ ਐਂਡ ਸਿੰਗਰ ਆਫ ਦਾ Song ਇਜ਼ ਸੰਜੀਵ ਸਿੰਘ ਅ ਦਿਵਿਆਂਗ ਕ੍ਰਿਕਟ ਪਲੇਅਰ ਫਰਮ ਲਖਨਊ ਤੁਹਾਨੂੰ ਇਹ ਤਾਂ ਪਤਾ ਹੋਊਗਾ ਸੰਜੀਵ ਸਿੰਘ ਨੇ ਲਿਖਿਆ ਬਟ ਇਹ ਨਹੀਂ ਪਤਾ ਹੋਊਗਾ ਕੌਣ ਐ ਹੋ ਇਜ਼ਰ ਦਿਵਿਆਂਗ ਕ੍ਰਿਕਟ ਪਲੇਅਰ ਤੇ 올림픽 ਦਾ ਮੈਂ ਦਰਸ਼ਨਾ ਭੁੱਲ ਗਿਆ 올림픽ਸ ਵਾਲੇ ਦਾ ਨਾਮ ਹੈ ਹਿੰਦੁਸਤਾਨੀ ਵੇ ਇਹ ਕਿਦਾਂ ਸਲਿੱਪ ਹੋ ਗਿਆ ਮਾਈਂਡ ਤੋਂ ਹੁਣ ਪਤਾ ਨਹੀਂ ਕਿਉਂ ਯਾਦ ਆ ਰਹੇ ਨਹੀਂ ਬਸ ਉਹੀ ਗੱਲ ਹੈ ਕਰੇ ਨਾ ਹਿੰਦੁਸਤਾਨੀ ਵੇ ਇਹ ਕੰਪੋਜ਼ ਕੀਤਾ ਹੈ ਏ ਆਰ ਰਹਿਮਾਨ ਨੇ ਤੇ ਗਾਇਆ ਹੈ ਇਹ ਅਨੰਨਿਆ ਬਿਰਲਾ ਨੇ ਅਨੰਨਿਆ ਬਿਰਲਾ ਨੇ ਠੀਕ ਹੈ ਜੀ ਇਹ ਗੱਲਾਂ ਸੀ ਧਿਆਨ ਰੱਖਣੀ ਹੈ ਤੇ ਇਹਨਾਂ ਦਾ ਥੀਮ Song ਕੀ ਸੀ ਕਰਦੇ ਕਮਾਲ ਤੂੰ ਇਹ ਕੰਪੋਜ਼ ਕੀਤਾ ਸਿੰਘ ਕੀਤਾ ਸੰਜੀਵ ਸਿੰਘ ਨੇ ਅਦਵਿਆੰਗ ਕ੍ਰਿਕਟਰ ਫਰਮ ਲਖਨਊ ਦੱਸਦੇ ਆ ਦੱਸਦੇ ਆ ਸਰਦਾਰ ਜੀ ਅੱਗੇ ਦੱਸਦੇ ਆ ਤੇ ਇਸ ਵਾਰੀ ਸਾਡੇ ਕੋਲ ਆਏ 9 19 ਮੈਡਲ 5 골ਡ 8 ਸਿਲਵਰ ਤੇ 6 ਬ੍ਰਾਂਜ਼ 5 골ਡ 8 ਸਿਲਵਰ ਤੇ 6 ਬ੍ਰਾਂਜ਼ ਤੇ ਅਜ ਤੱਕ ਵੈਸੇ ਕਿੰਨੇ ਆਏ ਸਾਡੇ ਕੋਲ ਅਜ ਤੱਕ ਆਏ ਸਾਡੇ ਕੋਲ 12 ਮੈਡਲ ਟੋਟਲੀ ਤੇ ਇਸੇ ਸਾਲ ਅਸੀਂ 19 ਦੱਬ ਗਏ ਦੇਖ ਰਹੇ ਤੁਸੀਂ ਸਿਰਾਂ ਲਾਤੀ ਗੱਲ ਕਿ ਨਹੀਂ ਹੈਨਾ ਚਲੋ ਇਹ ਸੀਗਾ ਇਸ ਵਾਰ ਦਾ ਟੋਟਲ ਤੁਸੀਂ ਤੁਹਾਨੂੰ ਦਿਖ ਰਿਹਾ ਹੋਵੇ ਜੇ ਨਹੀਂ ਮੈਂ ਦੱਸ ਦੇਣਾ ਫਰਸਟ ਪੋਜੀਸ਼ਨ ਤੇ ਰਿਹਾ ਚਾਈਨਾ दो सौ सत्त मॉडल मैडल दूजे त ग्रेट ब्रिटेन तीजे ते यू एस इंडिया की रैंक रही है ट्वेंटी फोर उन्नी मैडल्स न ठीक है जी चाइना दो सौ सत्त ग्रेट ब्रिटेन एक सौ चौबीस यू एस ए एक सौ चार फिर इंडिया आया ट्वेंटी फोरथे नाइनटीन मैडल्स न ठीक है जी दिख रहा थोड़ा एक बार मैं भी टेडा करके देख ला फोन हाँ जी दिखता रहा वैसे है ना चलो ਇਹ ਰੀਤ ਕੋਰ ਇਹੀ ਇਹੋ 4 ਵਜੇ ਵਾਲੀ ਕਲਾਸ ਅੱਜ ਥੋੜੀ ਜਿਹੀ ਲੇਟ ਹੋ ਗਈ ਸੀ ਕੁਝ ਪ੍ਰੋਬਲਮਸ ਆ ਗਈ ਟੈਕਨੀਕਲ ਡਿਫਿਕਲਟੀਜ਼ ਆ ਗਈ ਸੀ ਤਾਂ ਕਰਕੇ ਹੁਣ 10 ਵਜੇ ਕੀਤੀ ਹੈ ਕੱਲ ਤੋਂ 4 ਵਜੇ ਹੀ ਹੈ ਚਲੋ ਤਾਂ ਇਸ ਵਾਰੀ 24 ਮੈਡਲ 19 ਮੈਡਲ ਆਏ ਨੇ ਤੇ ਐਂਡ ਵਾਸ ਰੈਂਕਡ 24th ਅਮੰਗ 163 ਨੇਸ਼ਨਸ 24th ਸੀ ਕਿ 163 ਵਿੱਚ ਉਹਦੇ ਵਿੱਚ ਆਈ ਸੀ ਸੀ ਕਿ 48 205 ਵਿੱਚ 올림픽ਸ ਵਿੱਚ we have come up with an article to oh ye to tujhi gallan hogi te prove to be india's most successful paralympic take a medal ne hun tusi inna bare dhyan rakhna hai avni lekha ra gold medal sumit antil gold medal manish narwal gold medal pramod bhagat gold medal krishnanagar gold medal silver fir rabina patel nishad kumar inna vich thoda homework ho jauga e jehde jinna nu gold medal mile ne panne gold medal mile ne five gold hai na ਪੰਜ 골ਡ ਮੈਡਲ ਮਿਲਨੇ ਸਾਨੂੰ ਤਾਂ ਇਹਨਾਂ ਦੀ ਤੁਸੀਂ ਹੋਮ ਸਟੇਟ ਦੱਸਣੀ ਹੈ ਮੈਨੂੰ ਪੰਜ 골ਡ ਵਾਲਿਆਂ ਦੀ ਹੋਮ ਸਟੇਟ ਦੱਸਣੀ ਹੈ ਇਹਨਾਂ ਦੀ ਕਿਹਨੇ ਕਿਹਨੇ ਹੈ ਅਵਨੀ ਲਖਾਰਾ ਦੀ ਸੁਮਿਤ ਅੰਟਿਲ ਦੀ ਮਨੀਸ਼ ਨਰਵਾਲ ਦੀ ਪ੍ਰਮੋਦ ਭਗਤ ਦੀ ਤੇ ਕ੍ਰਿਸ਼ਨ ਨਾਗਰ ਦੀ ਠੀਕ ਹੈ ਅੱਛਾ ਪੈਰਾ ਵਾਲੇ ਵਧੀਆ ਰਹਿ ਗਏ ਹਾਂਜੀ ਇਹ ਤਾਂ ਹੈ ਤਾਂ ਜੀ ਇਹ ਤੁਹਾਡਾ ਹੋਮਵਰਕ ਹੋ ਜਾਊਗਾ ਆਪੇ ਤੁਸੀਂ ਕਰੋਗੇ ਕੁਝ ਕੋਈ ਕਮੈਂਟ ਕਮੈਂਟ ਕਰਨ ਦੀ ਲੋੜ ਨਹੀਂ ਆਪ ਆਪਣੇ ਲਈ ਕਰੋਗੇ ਤੁਸੀਂ ਅਵਨੀ ਲਖਾਰਾ ਸੁਮਿਤ ਅੰਟੀਲ ਮਨੀਸ਼ ਨਰਵਾਲ ਪ੍ਰਮੋਦ ਭਗਤੇ ਕ੍ਰਿਸ਼ਨਨਗਰ ਅਵਨੀ ਲਖਾਰਾ ਵਾਲੇ ਗੱਲ ਕਰਦੇ ਹਾਂ ਅਵਨੀ ਲਖਾਰਾ ਰਾਜਸਥਾਨ ਤੋਂ ਬਿਲੋਂਗ ਕਰਦੀ ਹੈ ਕੁੜੀ ਦੋ ਮੈਡਲ ਆਏ ਨੇ ਇਹਦੇ ਇੱਕ ਆਇਆ 10 ਮੀਟਰ ਵਿੱਚ 골ਡ ਆਇਆ ਤੇ 50 ਮੀਟਰ ਵਿੱਚ ਬ੍ਰੌਂਜ਼ ਆਇਆ ਕਾਦੇ ਵਿੱਚ ਆ ਰਾਈਫਲ ਸ਼ੂਟਿੰਗ ਵਿੱਚ ਰਾਈਫਲ ਸ਼ੂਟਿੰਗ ਵਿੱਚ ਆਇਆ ਤੇ ਪਹਿਲੀ ਕੁੜੀ ਆ ਜਿਹਨੂੰ ਦੋ ਮੈਡਲ ਆਏ ਨੇ ਸਿੱਧਾ ਹੀ ਆਂਦੇ ਦੋ ਮੈਡਲ ਆ ਗਏ ਰਾਜਸਥਾਨ ਤੋਂ ਐ ਤੇ ਇਹਨੂੰ ਆਪਣੀ ਲਖਾਰਾਂ ਨੂੰ ਬਣਾਇਆ ਰਾਜਸਥਾਨ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਆਂਦੋਲਨ ਦਾ ਬ੍ਰਾਂਡ ਐਮਬੈਸਡਰ ਠੀਕ ਹੈ ਜੀ ਤੁਹਾਡੇ ਲਈ ਹੋਮਵਰਕ ਹੈ ਮੈਂ ਨਹੀਂ ਪੁੱਛ ਰਿਹਾ ਤੁਹਾਡੇ ਤੋਂ ਹੋਮਵਰਕ ਹੈ ਤੁਹਾਡੇ ਲਈ ਤੁਹਾਡੇ ਲਈ ਤੁਸੀਂ ਜੇ ਸੀਰੀਅਸ ਹੋ ਤੁਸੀਂ ਆਪਣੇ ਆਪ ਕਰੋਗੇ ਠੀਕ ਹੈ ਤਾਂ ਜੀ ਇਹ ਨੇ ਬਾਕੀ ਤੁਹਾਡੇ ਲਈ ਨਾਮ ਐ ਸਾਰੇ ਲਿਖਤੇ ਨੇ ਤੁਸੀਂ ਨਾਮ ਆਪਣੇ ਆਪ ਕਰ ਲੋਗੇ ਚਲੋ ਇਹ ਵੀ ਬ੍ਰੌਂਜ਼ ਵਾਲੇ ਨੇ ਬੱਚੇ ਨੇ ਬਾਕੀ ਇਹ ਕਰ ਲਿਓ ਆਪ ਹੈਨਾ ਤਾਂ ਜੀ ਇਹ ਕੁਝ ਨੇ ਜਿਹੜੇ ਸਬ ਮਾਈਲਸਟੋਨ ਨੇ ਜਿਹੜੇ ਇੰਪੋਰਟੈਂਟ ਨੇ ਕੁਝ ਤਾਂ ਜੀ ਪ੍ਰਮੋਦ ਭਗਤ ਨੇ ਇਹਨਾਂ ਨੇ ਹਿਸਟਰੀ ਬਣਾਈ ਬਾ ਬਿਕਮ ਇਸ ਇੰਡੀਆਸ ਫਰਸਟ ਪੈਰਾ ਬੈਡਮਿੰਟਨ 골ਡ ਮੈਡਲਿਸਟ ਇਨ ਪੈਰਾ ਲੀਮਪਿਕਸ ਪਹਿਲੀ ਵਾਰੀ ਜਿਹੜਾ 골ਡ ਮੈਡਲ ਆਇਆ ਸਾਡੇ ਕੋਲ ਇਹਨਾਂ ਤੋਂ ਆਇਆ ਪ੍ਰਮੋਦ ਭਗਤ ਤੋਂ ਉਹ ਨਹੀਂ ਲਿਖਾਰਾ ਬਾਰੇ ਹੋ ਗਿਆ ਓਨਲੀ ਦ ਸੈਕੰਡ ਇੰਡੀਅਨ ਟੂ ਵਿਨ ਮਲਟੀਪਲ ਮੈਡਲਸ ਐਟ ਦ ਸੇਮ ਪੈਰਾ ਲੀਮਪਿਕਸ ਐਟ ਆਫਟਰ ਜੋਗਿੰਦਰ ਸਿੰਘ ਸੋਢੀ ਜਿਹਨੂੰ ਮਿਲੇ ਸੀ ਤਿੰਨ ਮੈਡਲ 1984 ਸ਼ੀ ਆਲਸੋ ਜੁਆਇੰਡ ਸੋਡੀ ਦੇਵਿੰਦਰ ਜਾਜੜੀਆ ਐਂਡ ਮਰੀਅਪਨ ਥੰਗਾ ਵੇਲੂ ਵਿਦ ਟੂ ਔਰ ਮੋਰ ਪੈਰਾਲੰਪਿਕ ਮੈਡਲਸ ਸ਼ੀ ਵਨ ਬ੍ਰਾਂਜ਼ ਮੈਡਲ ਇਨ ਦਾ 50 ਮੀਟਰ ਤੇ ਗੋਲਡ ਮੈਡਲ ਇਨ ਦਾ 10 ਮੀਟਰ ਇਹ ਆਪ ਪੜ ਲੈਣਾ ਤੁਸੀਂ ਠੀਕ ਹੈ ਹਰਵਿੰਦਰ ਸਿੰਘ ਦੀ ਗੱਲ ਕਰਦੇ ਆ ਹੀ ਮੇਡ ਹਿਸਟਰੀ ਬਾਈ ਬਿਕਮਿੰਗ ਦਾ ਫਰਸਟ ਐਵਰ ਇੰਡੀਅਨ ਆਰਚਰ ਯਾਨੀ ਕਿ ਤੀਰ ਕਮਾਨ ਵਾਲੇ ਨਹੀਂ ਹੁੰਦੇ ਤੀਰੰਦਾਜ਼ ਟੂ ਬਿਨਾ ਮੈਡਲ ਐਟ ਦਾ ਪੈਰਾਲੰਪਿਕਸ ਇਹ ਪਹਿਲੀ ਵਾਰੀ ਆਇਆ ਗੋਲਡ ਇਹ ਪਹਿਲੀ ਵਾਰੀ ਆਰ ਸੀਰੀ ਵਿੱਚ ਮੈਡਲ ਆਇਆ दिलेन्द्र झाझड़िया ਦੀ ਇਹ ਗੱਲ ਕਰੀ ਹੀ ਬੀਕਮ ਜਸ ਸੈਕੰਡ ਇੰਡੀਅਨ ਟੂ ਵਿਨ 3 ਮੈਡਲਸ ਐਟ ਦਾ ਪੈਰਾ ਲੀਮਪਿਕਸ ਆਫਟਰ ਵਿਨਿੰਗ ਸਿਲਵਰ ਇਨ ਦਾ ਮੈਨਸ ਜੈਵਲਿਨ ਥਰੋ ਇਵੈਂਟ ਵਿਦ ਅ ਪਰਸਨਲ ਬੈਸਟ ਤੇ ਭਵੀਨਾ ਬੈਨ ਪਟੇਲ ਸ਼ੀ ਵਨ ਸਿਲਵਰ ਐਂਡ ਇਜ਼ ਦਾ ਫਰਸਟ ਇੰਡੀਅਨ ਟੈਨਿਸ ਪਲੇਅਰ ਟੂ ਵਿਨ ਅ ਮੈਡਲ ਐਟ ਦਾ ਪੈਰਾ ਲੀਮਪਿਕਸ ਤੇ ਉਹਨਾਂ ਨਾਲ ਨਾਲ ਜਿਹੜੇ 골ਡ ਵਾਲੇ ਨੇ 골ਡ ਵਾਲਿਆਂ ਦੇ ਨਾਲ ਨਾਲ ਤੁਸੀਂ ਪ੍ਰਮੋਦ ਭਗਤ ਅਵਨੀ ਲਖਾਰਾ ਹਰਵਿੰਦਰ ਸਿੰਘ ਦਿਵਿੰਦਰ ਜਹਾੜੜੀ ਤੇ ਭਵਾਨ ਭਵੀਨਾ ਬੈਨ ਪਟੇਲ ਦੇਵੀ ਹੋਮ ਸਟੇਟ ਤੁਸੀਂ ਆਪੇ ਲਿਖੋਗੇ ਠੀਕ ਹੈ ਮੈਂ ਤਾਂ ਤੁਹਾਡੇ ਤੋਂ ਪੁੱਛ ਹੀ ਨਹੀਂ ਰਿਹਾ ਤੁਸੀਂ ਆਪਣੇ ਲਈ ਕਰੋਗੇ ਠੀਕ ਹੈ ਆਪਣੇ ਲਈ ਕਰੋਗੇ ਹਾਂਜੀ ਤਾਂ ਦੱਸ ਦਿੰਦੇ ਐ ਸਰਦਾਰ ਜੀ ਨੇ ਗੱਲ ਦੱਸੀ ਐ ਤਾਂ ਜੀ ਜਿਹੜੀ ਆਈਓਸੀ ਇੰਟਰਨੈਸ਼ਨਲ 올림픽 ਕਮੇਟੀ ਐ ਉਹਨੇ ਰਸ਼ੀਆ ਨੂੰ ਬੈਨ ਕਰਤਾ ਹੋਇਆ ਪਾਰਟਿਸਿਪੇਟ ਕਰਨ ਤੋਂ ਕਿਉਂ ਡੋਪਿੰਗ ਕਰਕੇ ਡੋਪਿੰਗ ਕਰਕੇ ਉਹਦੇ ਨਾਲ ਨਾਲ ਵੜਾ ਸੀਗੀ ਵਾਡਾ ਕੀ ਹੈ ਵਰਲਡ ਐਂਟੀ ਡੋਪਿੰਗ ਏਜੰਸੀ ਹੈ ਤਾਂ ਜੀ ਉਹਨਾਂ ਨੇ ਬੈਨ ਕਰਤਾ ਰਸ਼ੀਆ ਨੂੰ ਕਿਸੇ ਵੀ ਸਪੋਰਟ ਚ ਖੇਡਣ ਤੋਂ 올림픽ਸ ਵਿੱਚ ਤੇ ਇਸ ਵਾਰੀ ਰਸ਼ੀਆ ਆਈ ਸੀ ਕਿਸ ਨਾਮ ਤੋਂ ਰਸ਼ੀਆ ਆਈ ਸੀ ਕਿ ਆਰਓਸੀ ਦੇ ਨਾਮ ਤੋਂ ਆਰਓਸੀ ਦਾ ਮਤਲਬ ਹੋ ਜਾਂਦਾ ਹੈ ਰਸ਼ੀਆ 올림픽 ਕਮੇਟੀ ਦੇ ਨਾਮ ਤੋਂ ਆਈ ਸੀ ਚਲੋ ਤਾਜੀ ਹੁਣ ਫੁੱਟਬਾਲ ਦੇ ਅਵਾਰਡ ਰਹਿ ਗਏ ਨੇ ਬਾਕੀ ਹੋ ਚੁੱਕੇ ਨੇ ਸਾਡੇ ਹੋਰ ਕੋਈ ਤੁਹਾਨੂੰ ਲੋਡ ਹੈ ਨਹੀਂ ਫੁੱਟਬਾਲ ਦੇ ਕੁਝ ਅਵਾਰਡ ਰਹਿ ਗਏ ਨੇ ਪਹਿਲਾ ਅਵਾਰਡ ਹੋ ਜਾਂਦਾ ਜੀ ਮਣੀਪੁਰ ਨੇ ਜਿੱਤਿਆ ਸੀਨੀਅਰ ਔਮਨ ਫੁੱਟਬਾਲ ਚੈਂਪੀਅਨਸ਼ਿਪ ਇਹਨਾਂ ਨੇ ਹਰਾਇਆ ਰੇਲਵੇ ਨੂੰ ਐਟ ਦਾ ਈਐਮਐਸ ਸਟੇਡੀਅਮ ਇਨ ਕੋਜੀਕੋਡ ਕੇਰਲਾ ਠੀਕ ਹੈ ਜੀ ਮਣੀਪੁਰ ਨੇ ਹਰਾਇਆ ਕਿਹਨੂੰ ਹਰਾਇਆ ਮਣੀਪੁਰ ਨੇ ਹਰਾਇਆ ਰੇਲਵੇ ਦੀ ਟੀਮ ਆਂਦੀ ਹੈ ਤੇ ਕਿਹੜਾ ਹਰਾਇਆ ਸੀਨੀਅਰ ਔਮਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਹਰਾਇਆ ਹੈ ਜਿੱਤਿਆ ਹੈ ਮਣੀਪੁਰ ਨੇ ਹਾਂਜੀ ਗੁੱਡ ਈਵਨਿੰਗ ਜੀ ਲੇਟ ਹੋ ਗਏ ਮ ਐਸ ਆ ਇੰਪੋਰਟੈਂਟ ਹੋ ਜਾਂਦਾ ਮੈਂ ਤਾਂ ਦੱਸਦਾ ਮੈਂ ਨਾ ਮੈਂ ਕਿਹਾ ਬਾਅਦ ਚ ਯਾਦ ਰਵੇ ਨਾ ਰਵੇ ਤਾਂ ਐਸ ਬੀ ਆਈ ਨੇ ਐਗਰੀਮੈਂਟ ਸਾਈਨ ਕੀਤਾ ਜਮਸ਼ੇਦਪੁਰ ਫੁੱਟਬਾਲ ਕਲੱਬ ਨਾਲ ਟੂ ਪ੍ਰੋਮੋਟ ਫੁੱਟਬਾਲ ਤੇ ਤੁਹਾਨੂੰ ਪਤਾ ਹੋਵੇ ਜਿਹੜਾ ਜਮਸ਼ੇਦਪੁਰ ਫੁੱਟਬਾਲ ਹੈ ਇਹ ਟਾਟਾ ਟਾਟਾ ਵਾਲਿਆਂ ਨੇ ਸਪான்ਸਰ ਕੀਤਾ ਆ ਪਿੱਛੇ ਦੇਖ ਰਹੋ ਟਾਟਾ ਸਟੀਲ ਇਹ ਟਾਟਾ ਵਾਲਾ ਦਾ ਹੈ ਜਮਸ਼ੇਦਪੁਰ ਫੁੱਟਬਾਲ ਕਲੱਬ ਤੇ ਇਹਨਾਂ ਦੀ ਸਪான்ਸਰ ਹੁਣ ਕੌਣ ਬਣੇ ਐਗਰੀਮੈਂਟ ਕੌਣ ਕੀਤਾ ਕਿਹਦੇ ਨਾਲ ਕੀਤਾ ਐਸ ਬੀ ਆਈ ਨਾਲ ਕੀਤਾ ਸਟੇਟ ਬੈਂਕ ਆਫ ਇੰਡੀਆ ਨਾਲ ਕੀਤਾ ਚਲੋ ਅੱਗੇ ਐਫਸੀ ਗੋਆ ਯਾਨੀ ਕਿ ਫੁੱਟਬਾਲ ਕਲੱਬ ਗੋਆ ਨੇ ਆਪਣਾ ਪਹਿਲਾ ਡਿਉਰੈਂਟ ਕੱਪ ਫੁੱਟਬਾਲ ਟਰੋਫੀ ਜਿੱਤਿਆ ਹੈ ਆਪਣਾ ਪਹਿਲਾ ਡਿਉਰੈਂਟ ਕਾ ਫੁੱਟਬਾਲ ਟਰੋਫੀ ਜਿੱਤਿਆ ਹਰਾਇਆ ਇਹਨਾਂ ਨੇ ਮੁਹੰਮਦਨ ਐਫਸੀ ਨੂੰ ਮੁਹੰਮਦਨ ਐਫਸੀ ਮਤਲਬ ਕਿ ਮੁਹੰਮਦਨ ਫੁੱਟਬਾਲ ਕਲੱਬ ਨੂੰ ਤੇ ਹੋਇਆ ਕਿ ਤਿਹ ਵਿਵੇਕਾਨੰਦਾ ਯੁਵਾ ਭਾਰਤੀ ਕ੍ਰੀ ਕ੍ਰੀਰ ਨਾਗਨ ਕਲਕੱਤਾ ਵਿੱਚ ਹੋਇਆ ਠੀਕ ਹੈ ਜੀ ਸਟੇਡੀਅਮ ਦਾ ਨਾਮ ਹੋ ਗਿਆ ਇਹ ਤਾਂ ਜੀ ਐਫਸੀ ਗੋਆ ਨੇ ਗੋਆ ਨੇ ਹਰਾਇਆ ਰੇਲਵੇਜ਼ ਨੂੰ ਚਲੋ ਯੂਐਸਏ ਨੇ ਕਲਿੰਚ ਕੀਤਾ ਜਿੱਤਿਆ ਮਤਲਬ ਇਹ ਕੌਨ ਕੈਫ ਕੌਨ ਕਾ ਕੈਫ 골ਡ ਕੱਪ ਇਹਨਾਂ ਨੇ ਹਰਾਇਆ ਮੈਕਸੀਕੋ ਨੂੰ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੀਆਂ ਟੀਮਾਂ ਹੁੰਦੀਆਂ ਨਾਰਥ ਅਮਰੀਕਾ ਸਾਊਥ ਅਮਰੀਕਾ ਨਹੀਂ ਸੌਰੀ ਨਾਰਥ ਅਮਰੀਕਾ ਦੀਆਂ ਟੀਮਾਂ ਹੁੰਦੀਆਂ ਕੈਰੀਬੀਅਨ ਦੀਆਂ ਟੀਮਾਂ ਹੁੰਦੀ ਜਿਹੜੀ ਵੈਸਟ ਇੰਡੀਜ਼ ਬਾਰਬੇਟੋਸ ਵਗੈਰਾ ਨਾ ਉਹ ਹੁੰਦੀਆਂ ਇਹਦੇ ਅੰਦਰ ਕੌਨ ਕਾ ਕੈਫ ਕੱਪ ਹੁੰਦਾ ਸੱਤਵਾਂ ਕੌਨ ਕਾ ਕੈਫ ਸੀਗਾ ਇਹ ਤੇ ਜਿੱਤਿਆ ਕਿ ਇਹਨੇ ਯੂਐਸਏ ਨੇ ਜਿੱਤਿਆ ਹਰਾਇਆ ਕਿ ਨੂੰ ਮੈਕਸੀਕੋ ਨੂੰ ਇਹਤੇ ਮੈਂ ਟਾਈਮ ਜ਼ਿਆਦਾ ਲਾ ਨਹੀਂ ਰਿਹਾ ਕਿਉਂਕਿ ਜ਼ਿਆਦਾ ਹੈ ਇੱਕ ਲੀਗ ਕੱਪ on the football tournament ਉਹ ਚੌਥੀ ਬਾਰ ਜਿੱਤਿਆ 4th time ਜਿੱਤਿਆ ਕਿਨੇ ਮੈਂਚੈਸਟਰ ਸਿਟੀ ਨੇ ਜਿੱਤਿਆ ਹਰਾਇਆ ਇਹਨਾਂ ਨੇ ਟੋਟਨਹਮ ਸਪਰਸ ਨੂੰ ਇਹ ਮੈਂਚੈਸਟਰ ਵੀ ਥਾਂ ਦਾ ਨਾ ਹੈ ਤੇ ਟੋਟਨਹਮ ਵੀ ਥਾਂ ਦਾ ਨਾ ਹੈ ਕਿੱਥੇ ਨੇ ਯੂਕੇ ਵਿੱਚ ਨੇ ਠੀਕ ਹੈ ਜੀ ਮੈਂਚੈਸਟਰ ਸਿਟੀ ਨੇ ਹਰਾਇਆ ਟੋਟਨਹਮ ਸਪਰਸ ਨੂੰ ਚਲੋ ਫਿਰ ਜੀ ਇੱਕ ISL ਤੁਹਾਨੂੰ ਪਤਾ ਇੰਡੀਅਨ ਸੁਪਰ ਲੀਗ ਹੁੰਦਾ ਤਾਂ ਜੀ ਮੁੰਬਈ ਸਿਟੀ FC ਜਿੱਤੀ ਹੈ ਆਈਐਸਐਫ ਫੁੱਟਬਾਲ ਵਿਨਰ ਸ਼ੀਲਡ ਹਰਾਇਆ ਕਿਨੂੰ ਏਟੀਕੇ ਮੋਹਨ ਬਗਾਨ ਨੂੰ ਕਿੱਥੇ ਹੋਇਆ ਸੀ ਜੀਐਮਸੀ ਸਟੇਡੀਅਮ ਗੋਆ ਵਿੱਚ ਹੋਇਆ ਸੀ ਠੀਕ ਹੈ ਜੀ ਸਰਦਾਰ ਜਿਹਨੇ ਬਹੁਤ ਵਧੀਆ ਸਟ੍ਰੈਟੇਜੀ ਕੇ ਪੜੀ ਹੋਈ ਹੈ ਮੈਂ ਤਾਂ ਇਹ ਦੇਖ ਰਿਹਾ ਹਾਂ ਹਾਂ ਦੱਸਦੇ ਸੁਮਨਦੀਪ ਸਿੰਘ ਉਹ ਵੀ ਆ ਗਏ ਅੱਗੇ ਤੇ ਸਾਫ ਦਾ ਅੰਡਰ ਵੂਮਨ ਦਾ ਚੈਂਪੀਅਨਸ਼ਿਪ ਇਹ ਬੰਗਲਾਦੇਸ਼ ਨੂੰ ਜਿੱਤੀ ਹੈ ਹਰਾਇਆ ਕਿਨੂੰ ਇਹਨਾਂ ਨੇ ਇਹਨਾਂ ਨੇ ਹਰਾਇਆ ਇੰਡੀਆ ਨੂੰ ਸਾਫ ਯਾਨੀ ਕਿ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਅੰਡਰ 19 ਔਮਨ ਚੈਂਪੀਅਨਸ਼ਿਪ ਸੀ ਵੀ ਬੀਟਿੰਗ ਬੰਗਲਾਦੇਸ਼ ਤੇ ਪੁੱਠਾ ਹੀ ਲਿਖਤਾ ਬੰਗਲਾਦੇਸ਼ ਨੇ ਜਿੱਤਿਆ ਹੈ ਇੰਡੀਆ ਨੂੰ ਹਰਾ ਕੇ ਪੰਜ ਕੰਟਰੀ ਸੀਗੇ ਇਹਦੇ ਅੰਦਰ ਪਾਕਿਸਤਾਨ ਨੇ ਇਹਦੇ ਅੰਦਰ ਬੈਨ ਸੀਗੀ ਪੰਜ ਕੰਟਰੀ ਕਿਹੜੀ ਸੀ ਇੰਡੀਆ ਸੀ ਬੰਗਲਾਦੇਸ਼ ਸੀ ਭੂਟਾਨ ਸੀ ਨੇਪਾਲ ਸੀ ਇੰਡੀਆ ਭੂਟਾਨ ਬੰਗਲਾਦੇਸ਼ ਨੇਪਾਲ ਤੇ ਸ਼੍ਰੀਲੰਕਾ ਇਹ ਪੰਜ ਕੰਟਰੀ ਸੀ ਪਾਕਿਸਤਾਨ ਨੂੰ ਬੈਨ ਕੀਤਾ ਹੋਇਆ ਕਿ ਨੇ ਫੀਫਾ ਨੇ ਇਹ ਵੀ ਧਿਆਨ ਰੱਖਣਾ ਕਿਹੜੀ ਏਸ਼ੀਅਨ ਕੰਟਰੀ ਨੂੰ ਬੈਨ ਕੀਤਾ ਹੋਇਆ ਪਾਕਿਸਤਾਨ ਨੂੰ ਨਾ ਨਾ ਕਿੱਥੇ ਸਰਦਾਰ ਜੀ ਸਾਡੀ ਕਿੱਥੇ ਕਿਰਪਾ ਮੈਂ ਨਹੀਂ ਕਰਾਇਆ ਡਾ ਯਾਰ ਮੈਨੂੰ ਵੀ ਯਾਦ ਆ ਯਾਰ ਚਲੋ ਫਿਰ ਇੱਕ ਯੂਰੋ ਕੱਪ ਹੁੰਦਾ ਯੂਰੋ ਕੱਪ ਹੁੰਦਾ ਉਹਦਾ ਜਿਹੜਾ ਯੂਰੋ ਬੂਟ 골ਡਨ ਬੂਟ ਯੂਰੋ 골ਡਨ ਬੂਟ 2020 ਇਹ ਜਿੱਤੇ ਜੀ ਕ੍ਰਿਸਟੀਆਨੋ ਰੋनाल्डੋ ਨੇ ਜਿੱਤੇ ਮਤਲਬ ਕਿ ਮੋਸਟ ਗੋਲਸ ਮੋਸਟ ਗੋਲਸ ਮਾਰੇ ਨੇ ਭਾਜੀ ਨੇ ਮੋਸਟ ਗੋਲਸ ਮਾਰੇ ਨੇ ਕਿੱਥੋਂ ਬਿਲੋਂਗ ਕਰਦੇ ਨੇ ਇਹ ਇਹ ਬਾਈ ਜੀ ਬਿਲੋਂਗ ਕਰਦੇ ਨੇ ਪੁਰਤਗਾਲ ਤੋਂ ਪੋਰਚੂਗਲ ਤੋਂ ਬਿਲੋਂਗ ਕਰਦੇ ਨੇ ਤੇ ਕਿਹੜੀ ਟੀਮ ਤੋਂ ਖੇਡਦੇ ਨੇ ਮੈਨਚੈਸਟਰ ਯੂਨਾਈਟਿਡ ਦੀ ਟੀਮ ਤੋਂ ਇਹ ਖੇਡਦੇ ਨੇ ਠੀਕ ਹੈ ਜੀ ਇੱਕ ਹੋਰ ਤੁਹਾਨੂੰ ਦੱਸ ਦਈਏ ਮੈਂ ਲਿਖਿਆ ਨਹੀਂ ਮੈਨੂੰ ਯਾਦ ਇੱਕ ਉਹਦਾ ਨਾਮ ਹੈ ਵੈਲੈਂਡੀ ਔਰ ਬਹੁਤ ਇੰਪੋਰਟੈਂਟ ਹੈ ਇਹਨਾਂ ਸੋਚੋ ਵੀ ਸਰ ਨਾਲ ਨਾਲ ਲਿਖਿਆ ਹੋਇਆ ਨਹੀਂ ਟਾਈਪ ਨਹੀਂ ਕੀਤਾ ਤਾਂ ਹੋਊਗਾ ਨਹੀਂ ਇਹ ਮਿਲਿਆ ਜੀ ਲਾਇਨਲ ਮੈਸੀ ਨੂੰ ਵੈਲੈਂਡੀ ਔਰ ਉਹਦਾ ਬਹੁਤ ਵੱਡਾ ਅਵਾਰਡ ਹੁੰਦਾ ਫੁੱਟਬਾਲ ਦਾ 1 ਆਫ ਦਾ ਇੱਕ ਟੌਪ ਦਾ ਅਵਾਰਡ ਹੁੰਦਾ ਫੀਫਾ ਪਲੇਅਰ ਆਫ ਦਾ ਈਅਰ ਤੇ ਦੂਜੇ ਨੰਬਰ ਤੇ ਹੁੰਦਾ ਵੈਲੈਂਟੀਅਰ ਦੂਜੇ ਨੰਬਰ ਤੇ ਨਹੀਂ ਸੋਰੀ 21 ਹੈ ਨਾ ਤਾਂ ਸਾਬ ਟੌਪ ਦੇ ਇਹਨੇ ਵੈਲੈਂਟੀਅਰ ਤੇ ਫੀਫਾ ਵੈਲੈਂਡੀ ਔਰ ਤੇ ਫੀਫਾ ਪਲੇਅਰ ਆਫ ਦਾ ਈਅਰ ਲੈਨਲ ਮੈਸੀ ਨੂੰ ਇਹ ਕਿਹੜੀ ਕੰਟਰੀ ਤੋਂ ਨੇ ਇਹ ਨੇ ਅਰਜੈਂਟੀਨਾ ਤੋਂ ਨੇ ਬਾਈ ਜੀ ਇਹ ਅਰਜੈਂਟੀਨਾ ਤੋਂ ਨੇ ਤੇ ਕਿਹੜੀ ਟੀਮ ਤੋਂ ਖੇਡਦੇ ਨੇ ਖੇਡਦੇ ਨੇ ਪੀਐਸਜੀ ਤੋਂ ਪੀਐਸਜੀ ਦਾ ਮਤਲਬ ਹੋ ਜਾਂਦਾ ਪੈरिस सेंट ਜਰਮੇਨ ਤੋਂ ਪੈरिस सेंट ਜਰਮੇਨ ਤੋਂ ਠੀਕ ਹੈ ਜੀ ਚਲੋ ਇਹ ਆ ਗਿਆ ਜੀ ਯੂਰੋ ਕੱਪ ਤੁਹਾਡੀ ਤੁਸੀਂ ਗੱਲ ਕਰਦੇ ਸੀ ਯੂਰੋ ਕੱਪ ਜਿੱਤਿਆ ਯੂਰੋ 2020 ਕੱਪ ਜਿੱਤਿਆ ਇਟਲੀ ਨੇ ਜਿੱਤਿਆ ਹਰਾਇਆ ਇੰਗਲੈਂਡ ਨੂੰ ਇਟਲੀ ਨੇ ਹਰਾਇਆ ਇੰਗਲੈਂਡ ਨੂੰ ਹਰਾਇਆ ਚਲੋ ਅਰਜنٹინა ਨੇ ਹਰਾਇਆ ਬ੍ਰਾਜ਼ੀਲ ਨੂੰ ਜਿੱਤਿਆ ਕੋਪਾ ਅਮਰੀਕਾ ਕੱਪ ਤੇ ਹੋਇਆ ਕਿੱਥੇ ਇਹ ਬ੍ਰਾਜ਼ੀਲ ਵਿੱਚ ਹੋਇਆ ਸੀ ਅਰਜنٹინა ਇਹ ਤੁਹਾਨੂੰ ਛੋਟੇ ਦੇ ਵਿੱਚ ਪੁੱਛਿਆ ਜਾਵੇ ਲਾਇਨਲ ਮੈਸੀ ਨੇ ਜਿਹੜੇ ਜਿੰਨੂੰ ਮਿਲਿਆ ਹੋਣੇ ਇਹਨਾਂ ਨੇ ਬੈਲੈਂਟਿਯੋਰ ਮਿਲਿਆ ਇਹਦਾ ਇੰਟਰਨੈਸ਼ਨਲ ਅਵਾਰਡ ਹੈ ਇਹਦੇ ਕੋਲ ਕੋਈ ਕੱਪ ਕੋਪਾ ਹੈ ਕੋਈ ਟੂਰਨਾਮੈਂਟ ਜਿੱਤੇ ਹੈ ਤਾਂ ਸਿਰਫ ਇੱਕ ਇਹੀ ਹੈ ਕੋਪਾ ਅਮਰੀਕਾ 2020 ਜਿੰਦਾ ਵਿਰਾਟ ਕੋਹਲੀ ਤੋਂ ਪੁੱਛਦੇ ਹੁੰਦੇ ਹੁੰਦੇ ਨਾ ਵੀ ਹਾਂਜੀ ਤੂੰ ਵੈਸੇ ਤਾਂ ਬਹੁਤ ਸਾਰੇ ਹੈ ਤੇਰੇ ਕੋਲ ਹੈ ਕੋਈ ਇੰਟਰਨੈਸ਼ਨਲ ਬਾਜੀ ਕੋਲ ਹੈ ਨਹੀਂ ਵੈਸੇ ਇਹਨਾਂ ਦਾ ਵੀ ਇਹੀ ਹਾਲ ਸੀ ਮੈਸੀ ਹੁਣਾਂ ਦਾ ਬਟ ਇਹਨਾਂ ਨੇ ਹੁਣ ਜਿੱਤ ਲਿਆ ਕੋਪਾ ਅਮਰੀਕਾ 2020 ਦਾ ਕੱਪ ਜਿੱਤ ਲਿਆ ਹਰਾ ਕੇ ਇਹਨਾਂ ਨੇ ਕਿਹਨੂੰ ਬ੍ਰਾਜ਼ੀਲ ਨੂੰ ਚਲੋ ਮੈਸੀ ਜੀ ਫਰਮ ਅਰਜੈਂਟੀਨਾ ਤਾਂ ਜੀ ਐਸੀ ਕੀ ਅਰਜੀ ਕਲਾਸ 1 ਮਿੰਟ ਰੁਕੇ ਜਾਓ ਜਿਹੜੇ ਪੀਐਸਪੀਸੀਲ ਮੈਨਸ ਦੀ ਤਿਆਰੀ ਕਰ ਰਹੇ ਤੇ கரنٹ अफेयर ਮੈਂ ਹੀ ਕਰਾਉਂਗਾ ਜੇ ਤੁਹਾਨੂੰ ਲੱਗਦਾ ਪੜੀਏ ਪੜਾਉਂਦੇ ਨੇ ਤਾਂ ਜੀ ਇਹ ਬੈਚ ਜ਼ਰੂਰ ਬਾਏ ਕਰੋ ਇੱਕ 8 ਵਜੇ ਵਾਲੀ கரنٹ अफेयर ਦੀ ਕਲਾਸ ਤੇ 4:00 ਵਜੇ ਵਾਲੀ ਸ਼ਾਮ ਵਾਲੀ ਕਲਾਸ ਮਿਸ ਨਾ ਕਰੋ ਸਵੇਰੇ ਹੁੰਦਾ ਡੇਲੀ கரنٹ अफेयर ਤੇ ਸ਼ਾਮੀ ਆਪਾਂ ਕੁਝ ਕੁਝ ਕਦੇ ਰਿਵੀਜ਼ਨ ਕਰ ਲਈਦੀਏ ਕਦੇ ਇਹੋ ਜਿਹਾ ਜਿੱਦਾਂ ਅੱਜ ਸਪੋਰਟਸ ਵਾਲੇ ਕਰਤੇ ਫੁੱਟਬਾਲ ਵਾਲੇ ਤੇ 올림픽 ਪੈਰਾਲੈਂਪਿਕ ਕਰਤੇ ਆਪਾਂ ਇਹ ਨਵੇੜ ਛੱਡਦੇ ਆ ਤਾਂ ਜੀ 21 ਜਨਵਰੀ ਤੋਂ ਸ਼ੁਰੂ ਹੋ ਰਿਹਾ ਬੈਚ 1840 ਦਾ ਇਹ ਬੈਚ ਹੈ ਬਾਏ ਕਰ ਸਕਦੇ ਹੋ ਕੋਡ ਤੁਸੀਂ ਲੈਣਾ ਇੱਕ ਪਿਆਰਾ ਜਿਹਾ ਕੋਡ ਹੈ ਤੁਹਾਡਾ Y38378% ਡਿਸਕਾਊਂਟ ਲਈ ਠੀਕ ਹੈ ਜੀ ਇਹ ਤੋਂ ਬਾਅਦ ਅਲਾਵਾ ਤੁਹਾਨੂੰ ਪਤਾ ਹੀ ਹੈ ਪੀਪੀਸੀ ਦਾ ਬੈਚ ਸ਼ੁਰੂ ਹੋ ਚੁੱਕਾ ਹੈ ਜੇ ਅੰਤ ਤੱਕ ਨਹੀਂ ਬਾਈ ਕੀਤਾ ਤਾਂ ਛੇਤੀ ਜਾ ਕੇ ਕਰ ਲੋ ਤੁਹਾਡੀ ਮਰਜ਼ੀ ਮਤਲਬ ਇਫ ਯੂ ਵਾਂਟ ਟੂ ਬਟ ਮੇਰੇ ਅਕੋਰਡਿੰਗ ਜੇ ਪੜਾਈ ਪੱਕੀ ਕਰਨੀ ਹੈ ਤਾਂ ਬੈਚ ਮਸਟ ਹੈ ਤੇ ਬਾਕੀ ਜੇ ਬੈਚ ਦਾ ਚਿਤ ਨਹੀਂ ਕਰਦਾ ਟੈਸਟ ਸੀਰੀਜ਼ ਜ਼ਰੂਰ 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 ਬਾਈ ਕਰੋ 229 ਰੁਪਏ ਦੀ ਟੈਸਟ ਸੀਰੀ ਤੁਹਾਨੂੰ ਕੁਝ ਨਹੀਂ ਕਹਿੰਦੀ 15 ਟੈਸਟ ਤੁਹਾਨੂੰ ਮਿਲਦੇ ਆ ਤੁਹਾਡੀ ਔਕਾਤ ਜੀ ਪਤਾ ਲੱਗ ਜਾਂਦੀ ਅੱਜ ਟੈਸਟ ਦਿਓ ਪਤਾ ਲੱਗੂਗਾ ਕਿ ਇੱਥੇ ਸਟੈਂਡ ਕਰਦੇ ਹੋ ਮਹੀਨੇ ਬਾਅਦ ਪੜ੍ਹ ਕੇ ਟੈਸਟ ਦਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੀ ਪ੍ਰੋ ਡਿਸਕਾਊਂਟ ਲਈ ਤੁਹਾਨੂੰ ਪਤਾ ਹੀ ਹੈ ਲਿਖਿਆ ਹੋਇਆ ਫਿਰ ਵੀ ਮੈਂ ਲਿਖ ਦੇਣਾ Y383 ਠੀਕ ਹੈ ਜੀ ਅੱਗੇ ਚੱਲਦੇ ਹਾਂ ਫਿਰ ਇਹ ਹੁੰਦਾ ਜੀ ਮਹਾਪੈਕ ਤੁਹਾਨੂੰ ਪਤਾ ਹੀ ਮਹਾਪੈਕ ਬਾਰੇ ਜਿਹੜੇ ਨਵੇਂ ਬੱਚਣਾਂ ਨੂੰ ਦੱਸਦੀ ਹੈ 1 ਸਾਲ ਤੱਕ ਜਿੰਨੇ ਵੀ ਪੇਪਰ ਹੋਣਗੇ ਉਹਨਾਂ ਦੀ ਕਲਾਸਿਸ ਉਹਨਾਂ ਦੀ ਟੈਸਟਸ 3 ਉਹਨਾਂ ਦੀ ਪੀਡੀਐਫ ਉਹਨਾਂ ਦੀ ਈ-ਬੁੱਕ ਤੇ ਹੋਰ ਕੋਈ ਵੀ ਜਿਹੜਾ ਐਕਸਟਰਾ ਬੈਚ ਆਇਆ ਉਹ ਸਭ ਤੇ ਜਿਹੜੇ ਪਿੱਛੇ ਜਿਹਨੇ ਪੇਪਰ ਜਾ ਚੁੱਕੇ ਨੇ PSPCL ਜਾ ਚੁੱਕਾ ਹੈ P Triple S B ਜਾ ਚੁੱਕਾ ਹੈ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲੋਗ ਹੈਡ ਕਨਸਟੇਬਲ ਸਬ ਇਨਸਪੈਕਟਰ ਕਨਸਟੇਬਲ ਇਹਨਾਂ ਸਾਰਿਆਂ ਦਾ ਵੀ ਇਹ ਸਭ ਕੁਝ ਕਲਾਸ ਰਿਟੈਸ 3 PDF e-book ਇਹ ਸਭ ਕੁਝ ਤੁਹਾਨੂੰ ਫ੍ਰੀ ਮਿਲੇਗਾ 1 ਸਾਲ ਲਈ ਕਿੰਨੇ ਵਿੱਚ ਮਿਲੇਗਾ 3219 ਰੁਪਏ ਵਿੱਚ ਮਿਲੇਗਾ ਕੋਡ ਕਿਡਾ ਯੂਜ਼ ਕਰ ਲਓਗੇ ਤੁਸੀਂ ਕੋਡ ਕਰ ਲਓਗੇ ਯੂਜ਼ ਮੇਰਾ ਕੋਡ ਹੈਗਾ ਇਹ ਐਕਸਟਰਾ ਡਿਸਕਾਊਂਟ ਲਈ ਦੇਖੋ ਤੁਹਾਨੂੰ ਇਹ ਹੀ ਕਰਨਾ ਪੈਣਾ ਕਿਉਂਕਿ ਇਹਨਾਂ ਦਾ ਜਿਹੜਾ ਆਪਣਾ ਕੋਡ ਹੈ ਉਹ ਤੋਂ 525% ਆਫ ਮਿਲਦਾ ਬਟ ਇਹ ਤੋਂ 78 ਮਿਲਦਾ ਠੀਕ ਹੈ ਜੀ ਚਲੋ ਫਿਰ ਮਿਲਦੇ ਆਂ ਕੱਲ ਸਵੇਰੇ 8 ਵਜੇ ਕਰੰਟ ਅਫੇਅਰ ਦੀ ਕਲਾਸ ਵਿੱਚ ਠੀਕ ਹੈ ਜੀ ਕਿਸ ਨੂੰ ਕੋਈ ਸਵਾਲ ਬਹੁਤ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਠੀਕ ਲੱਗਿਆ ਸੈਸ਼ਨ ਤਾਂ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਲੁੱਕ ਕਰ ਦਿਆ ਕਰੋ ਸਰ ਜੀ ਅਫਿਸ ਤੋਂ ਕਲਾਸ ਕਦੋਂ ਲਵੋਗੇ ਹਜੇ ਤੱਕ ਕੋਵਿਡ ਦਾ ਫੈਲ ਰਿਹਾ ਹੈ ਪਤਾ ਨਹੀਂ ਯਾਰ ਵੈਸੇ ਤਾਂ ਕੱਲ ਜਾਣਾ ਸੀ ਮੈਂ ਬਟ ਕੋਵਿਡ ਦਾ ਚੱਕਰ ਪੈ ਗਿਆ ਥੋੜਾ ਪਤਾ ਨਹੀਂ ਜਦੋਂ ਅਫਿਸ ਵਾਲੇ ਬੁਲਾਉਣਗੇ ਵੀ ਜਦੋਂ ਸੇਫ ਜਾ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਦਿੱਲੀ ਗੁੜगांव ਦੇ ਹਾਲ ਕੀ ਹੋ ਜੇ ਹੈਨਾ ਚਲੋ ਜੀ ਠੀਕ ਹੈ ਨਾ ਸਤਿ ਸ਼੍ਰੀ ਅਕਾਲ 올 ਦਾ ਬੈ